ਹਾਂ ਜੀ ਦੋਨੋਂ ਸੈਪ ਇੱਕ ਮੰਨਣਾ ਪੈਣਾ ਕਿ ਦੋ ਸੈਪਰੇਟ ਨੇਸ਼ਨਸ ਹੋਣਗੇ ਇੱਕ ਨੇਸ਼ਨ ਹੁਣ ਤੁਸੀਂ ਦੇਖੋ ਕਿ ਜੇ ਵਿੱਚੋਂ ਕਾਰਟ ਜਦੋਂ ਹੋਏ ਸੀਗਾ ਨਾ ਜੇ ਸੀਗਾ ਕਿ ਜਿਹੜੀ ਪੈਲੇਸਟੀਨियन ਅਥਾਰਟੀ ਹੋਗੀ ਥੈਟਸ ਨਾਟ ਅ ਸੋਵਰਨ ਕੰਟਰੀ ਆਟੋਨਮਸ ਤੇ ਸੋਵਰਨ ਦੇ ਵਿੱਚ ਫਰਕ ਹੈ ਹੂੰ ਇਹ ਇੱਕ ਕੰਟਰੀ ਸੋਵਰਨ ਹੋ ਸਕਦਾ ਤੇ ਦੂਜਾ ਵੀ ਸੋਵਰਨ ਹੋਣਾ ਬੰਦਾ ਹੈ ਇਹ ਨਹੀਂ ਕਿ ਤੁਸੀਂ ਉਹਨੂੰ ਆਟੋਨੋਮਸ ਕਰ ਦਿਓ ਤੇ ਪਰ ਉਹਦੀ ਸਿਕਿਉਰਿਟੀ ਗਾਰੰਟੀ ਜਿਹੜੀ ਆ ਉਹ ਤੁਹਾਡੀ ਹੋਵੇ ਤੁਸੀਂ ਉੱਥੇ ਫੌਜੀ ਆਪਣੀ ਮਿਠਾ ਛੱਡੋ ਪਹਿਲਾਂ ਇਹਨਾਂ ਨਾਲ ਦੁਨੀਆ ਭਰ ਚ ਧੱਕਾ ਹੋਇਆ ਜੀ ਉਸ ਦਾ ਹਾਂਜੀ ਉਹਦੇ 'ਚ ਉਹਨਾਂ ਨੂੰ ਲੱਗਦਾ ਸੀ ਸਾਡੇ ਲਈ ਕੋਈ ਥਾਂ ਹੋਵੇ ਹਾਂਜੀ ਉਹਨਾਂ ਨੇ ਆਪਣੇ ਲਈ ਥਾਂ ਤਾਂ ਬਣਾ ਲਈ ਨਾਲ ਅੱਗੇ ਹੋਰ ਟ੍ਰੈਵਲ ਕ੍ਰੀਏਟ ਕਰਤੀ ਹਾਂਜੀ ਸਾਰ ਇੱਕ 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 ਪ੍ਰੋਬਲਮ ਫਿਰ ਦੂਜੀ ਨੂੰ ਜਨਮ ਦਿਨ ਦੀ ਜਾਂਦੀ ਹੈ ਔਰ ਇਹਦੇ ਵਿੱਚ ਕਈ ਵਾਰ ਮੈਂ ਵੀ ਵੇਖਦਾ ਕਿ ਹੱਥ ਜਿਹੜਾ ਪਿਛਲੀ ਵਾਰੀ ਜਦੋਂ 트럼ਪ ਪ੍ਰੈਜ਼ੀਡੈਂਟ ਸੀਗਾ ਉਹਦਾ ਵੀ ਕਾਫੀ ਰੋਲ ਹੈ ਜਦੋਂ ਵੈਨ ਹੀ ਐਕਸੈਪਟਡ ਕਿ ਜਰੂਸਲਮ ਜਿਹੜਾ ਵਾ ਸਰ ਇਜ਼ਰਾਇਲ ਜੋ ਕੁਝ ਗਾਜ਼ਾ ਚ ਹੋ ਰਿਹਾ ਤੇ ਕਾਫੀ ਕੰਪਲਿਕੇਟਿਡ ਸਿਚੁਏਸ਼ਨ ਹੈ ਬਹੁਤ ਸਾਰੇ ਤੇ ਇਹ ਵੀ ਸਵਾਲ ਕਰਦੇ ਨੇ ਕਿ ਇੰਨਾ ਇਸੇ ਚੱਕਰ ਉਲਝਿਆ ਹੋਇਆ ਉਹਨਾਂ ਨੂੰ ਸਮਝ ਨਹੀਂ ਆਉਂਦਾ ਕਿ ਇਹ ਦੀ ਇਹਦਾ ਪਿਛੋਕੜ ਕੀ ਹੈ ਝਗੜਾ ਕੀ ਹੈ ਤੇ ਕਿੱਥੋਂ ਇਹ ਸ਼ੁਰੂ ਹੋਇਆ ਤੇ ਹੁਣ ਇਹਦਾ ਹੱਲ ਕੀ ਹੋ ਸਕਦਾ ਕਿਉਂਕਿ ਲੜਾਈ ਤੇ ਚੱਲਦੀ ਦਿਸਦੀ ਹੈ ਬੰਦੇ ਮਰਦੇ ਦਿਸਦੇ ਨੇ ਪਰ ਇਹ ਸ਼ੁਰੂ ਕਿੱਥੋਂ ਹੋਇਆ ਹੋਇਆ ਇਹ ਜਾਣਨ ਦੀ ਉਤਸੁਕਤਾ ਬਹੁਤ ਸਾਰੇ ਲੋਕਾਂ ਦੇ ਮਨ 'ਚ ਹੈ ਗਾਜ਼ਾ ਦੀ ساری ਸਾਰੀ ਸਿਚੁਏਸ਼ਨ ਉਹਦੀ ਉਹਦਾ ਪਿਛੋਕੜ ਕੀ ਹੈ ਸੋ ਉਹਦੇ ਬਾਰੇ ਹੁਣ ਅਸੀਂ ਗੱਲਬਾਤ ਕਰਾਂਗੇ ਤੇ ਅਸੀਂ ਬੇਨਤੀ ਕੀਤੀ ਹੈ ਦਿਲਬਾਖ ਖਲੋਹਰ ਨੂੰ ਸਾਨੂੰ ਪਹਿਲਾਂ ਵੀ ਇਹ ਕੰਟ੍ਰਿਬਿਊਟ ਕਰਦੇ ਨੇ ਆਪਣਾ ਇਹਨਾਂ ਦਾ ਪਿਛੋਕੜ ਹਾਂ ਜੀ ਐਗਰੀਕਲਚਰ ਸਾਇੰਟਿਸਟ ਰਹੇ ਨੇ ਪਰ ਵਰਲਡ ਪੋਲਿਟਿਕਸ ਗਲੋਬਲ ਅਫੇਅਰਸ ਇਹਨਾਂ ਬਾਰੇ ਕਾਫੀ ਪੈਸ਼ਨੇਟ ਨੇ ਪੜ੍ਹਦੇ ਰਹਿੰਦੇ ਨੇ ਸਟੱਡੀ ਕਰਦੇ ਨੇ ਇਹਦੇ ਬਾਰੇ ਕਮੈਂਟ ਕਰਦੇ ਨੇ ਸੋ ਅੱਜ ਅਸੀਂ ਇਹਨਾਂ ਨਾਲ ਇਸ ਬਾਰੇ ਗੱਲਬਾਤ ਕਰਾਂਗੇ ਦਿਲਬਾਖ ਜੀ ਕੀ ਹਾਲ ਚਾਲ ਨੇ ਤੁਹਾਡੇ ਬਹੁਤ ਬਹੁਤ ਥੈਂਕ ਯੂ ਫॉर ਹੈਵਿੰਗ ਓਨ ਯੂ ਸ਼ੋ ਜੀ ਤੇ ਫਸਟ ਟਾਈਮ ਸਟੂਡੀਓ ਦੇ ਵਿੱਚ ਹਾਂ ਸਟੂਡੀਓ ਵਿੱਚ ਤੁਸੀਂ ਪਹਿਲੀ ਵਾਰ ਆ ਰਹੇ ਹੋ ਫੋਨ ਤੇ ਤੁਹਾਡੇ ਨਾਲ ਗੱਲਬਾਤ ਹੁੰਦੀ ਹੈ ਤੇ ਪਹਿਲਾਂ ਤੇ ਆਪਾਂ ਸ਼ੁਰੂ ਕਰਦੇ ਹਾਂ ਕਿ ਥੋੜਾ ਜਿਹਾ ਕਹਾਣੀ ਤੇ ਬਹੁਤ ਲੰਬੀ ਹੈ ਸਾਡੀ ਇਹ ਇੰਨੇ ਇੱਕ ਜਿਹੜਾ ਅ ਸ਼ੋਅ 'ਚ ਅਸੀਂ ਸਾਰਾ ਮਾਮਲਾ ਨਹੀਂ ਡਿਸਕਸ ਕਰ ਸਕਦੇ ਪਰ ਇਹ ਜਿਹੜਾ ਸਾਰੀ ਸਾਰਾ ਜਿਹੜਾ ਮਸਲਾ ਇਹ ਵਿਗੜਿਆ ਕਿੱਥੋਂ ਹੈ ਕਿੱਥੋਂ ਸ਼ੁਰੂ ਸ਼ੁਰੂਆਤ ਕਿੱਥੋਂ ਹੋਈ ਇਸ ਦੀ ਐਕਚੁਅਲੀ ਸ਼ਮਿਲ ਜੀ ਜੇ ਬੜੀ ਕੰਪਲੈਕਸ ਹਿਸਟਰੀ ਸਾਰੀ ਇਸ ਖਿੱਤੇ ਦੀ ਹੈ ਨਾ ਆਪਾਂ ਨੂੰ ਇਹ ਵੀ ਪਤਾ ਹੀ ਹੈ ਕਿ ਇਹ ਖੇਤ ਜਿਹੜਾ ਜਿਹੜੇ ਐਬਰਾਹਮਿਕ ਰਿਲੀਜੀਅਨਸ ਨੇ ਉਹਨਾਂ ਦਾ ਧੁਰਾ ਆ ਕਿ ਇੱਥੋਂ ਹੀ ਤਿੰਨੇ ਰਿਲੀਜੀਅਨ ਜਿਹੜੇ ਨੇ ਉਪਜੇ ਨੇ ਜਿਹੜਾ ਜੈਜ਼ਮ ਹੈ ਕੈਥੋਲਿਕਸ ਨੇ ਤੇ ਆਪਣੇ ਇਸਲਾਮ ਹੈ ਜਿਹੜਾ ਨਾ ਅ ਜੇ ਆਪਾਂ 2000 ਸਾਲ ਪੁਰਾਣੀ ਜਿਹੜੀ ਹੈ ਉਹ ਛੱਡਦੀ ਏ ਕਿ ਉਹਦੇ ਵਿੱਚ ਕੀ ਹੋਇਆ ਸੀ ਹਾਂ ਰੋਮਨਸ ਨੇ ਜਿਹੜਾ ਇਜ਼ਰਾਇਲ ਯਹੂਦੀਆਂ ਨੂੰ ਉਸ ਖਿੱਤੇ ਚੋਂ ਬਾਹਰ ਕੱਢਿਆ ਉਹਨਾਂ ਦੀ ਫਿਰ ਜਿਹੜੀ ਆ 18-1900 ਸਾਲ ਜਿਹੜੀ ਆ ਬੜੀ ਪ੍ਰੋਸੀਕਿਊਸ਼ਨ ਹੋਈ ਆ ਜਿੱਥੇ ਵੀ ਕਿਤੇ ਗਏ ਨੇ ਤੇ ਉੱਥੇ ਉਹਨਾਂ ਦੇ ਨਾਲ ਜਿਹੜਾ ਵਾ ਵੀ ਤੱਕਾ ਹੁੰਦਾ ਰਿਹਾ ਵਾ ਮੈਸਕਰਸ ਹੁੰਦੇ ਰਹੇ ਨੇ ਆ ਕਾਫੀ ਜੜੀਆਂ ਚੀਜ਼ਾਂ ਉਹਨਾਂ ਦੇ ਨਾਲ ਜੀਆਂ ਆ ਸਾਰਾ ਕੁਝ ਦੋ ਸੀ ਪੜਿਆ ਹੀ ਹੈ ਹਾਂਜੀ ਸੋ ਰੀਸੈਂਟਲੀ ਜੇ ਆਪਾਂ ਦੇਖਿਆ ਜਾਵੇ ਤਾਂ ਫਿਰ ਐਟ ਦੀ ਐਂਡ ਆਫ 19th ਸੈਂਚਰੀ ਲਗਭਗ 1895 99 ਦੇ ਵਿੱਚ ਇੱਕ ਨਾ ਡ੍ਰੈਫਰਸ ਅਫੇਅਰ ਹੋਈ ਸੀਗੀ ਆਪਣੀ ਨਾ ਫਰਾਂਸ ਦੇ ਵਿੱਚ ਹੂੰ ਹੂੰ ਉਹਦੇ ਵਿੱਚ ਇੱਕ ਯਹੂਦੀ ਫੌਜੀ ਸੀਗਾ ਸ਼ਾਇਦ ਕੈਪਟਨ ਰੈਂਕ ਦਾ ਹੂੰ ਹੂੰ ਉਹ ਉਹਦਾ ਕੋਈ ਵਾਰ ਦੇ ਵਿੱਚ ਕ੍ਰਾਈਮ ਉਹਦੇ ਤੇ ਐਟਰੀਬਿਊਟ ਕੀਤਾ ਗਿਆ ਜਿਹੜਾ ਉਹਨੇ ਨਹੀਂ ਸੀ ਕੀਤਾ ਹੂੰ ਹੂੰ ਸੋ ਉਹਨੂੰ ਉਹਦੀ ਸਜ਼ਾ ਦੇ ਕਿਤੇ ਕਿਤੇ ਫ੍ਰੈਂਚ ਕਲੋਨੀ ਜਿਹੜੀ ਸੀ ਉਹਦੇ ਵਿੱਚ ਭੇਜ ਦਿੱਤਾ ਗਿਆ ਤੇ ਪਰ ਉਹਦਾ ਕਾਫੀ ਚੱਲਿਆ ਫਿਰ ਜਦੋਂ ਦੁਬਾਰਾ ਉਹਦੀ ਇਨਕੁਆਇਰੀ ਖੁੱਲੀ ਤੇ ਉਹਦੇ ਵਿੱਚ ਉਹਨੂੰ ਜਿਹੜਾ ਸੀਗਾ ਬੇਗੁਨਾਹ ਪਾਇਆ ਗਿਆ ਪਰ ਫੇਰ ਵੀ ਜਿਹੜਾ ਸੀਗਾ ਉਹਨੂੰ ਗੁਨਾਹਗਾਰ ਦਾ ਇਕਰਾਰ ਦੇ ਕੇ ਤੇ ਉਹਨੂੰ ਜਿਹੜਾ ਫੇਰ ਉੱਥੇ ਭੇਜ ਦਿੱਤਾ ਸੋ ਅਲਟੀਮੇਟਲੀ ਹੀ ਵਾਸ ਬਰਾਟ ਬੈਕ ਹੀ ਫੌਟ ਫਾਰ ਫ੍ਰਾਂਸ ਇਨ ਦਾ ਫਸਟ ਵਰਲਡ ਵਾਰ ਤੇ ਵੇਰੋ ਰਟਾਇਰ ਵੀ ਲੈਫਟਿਕਨ ਲਰਟਨਗਲਰ ਇਸ ਤੋਂ ਜਿਹੜਾ ਨਾ ਫਿਰ ਹੋਇਆ ਸੀਗਾ ਕਿ ਇਹ ਕਿੰਨਾ ਦਾ ਜਿਹੜਾ ਮਾਡਰਨ ਡਿਜ਼ਾਈਨਿਜ਼ਮ ਜੇ ਲਿਆ ਜਾਵੇ ਤੇ ਹਰਜ਼ ਹਰਜ਼ਲ ਸੀਗਾ ਥੀਓਡੋਰ ਹਰਜ਼ਲ ਆਸਟਰੋ-ਹੰਗਰੀਅਨ ਜੀਓ ਸੀਗਾ ਜੀ ਤੁਹਾਡੇ ਵਾਂਗੂ ਜਰਨਲਿਸਟ ਸੀਗਾ ਤੇ ਉਹਨੇ ਫਿਰ ਇਹ ਜਿਹੜੀ ਚੀਜ਼ ਜਿਹੜੀ ਮਹਮ ਚੁੜੀ ਛੱਡੀ ਕੇ ਆਪਨੇ ਕਿ ਇਜ਼ਰਾਈਲੀਆਂ ਵਾਸਤੇ ਜਾਂ ਜਹੂਦੀਆਂ ਵਾਸਤੇ ਜਿਹੜਾ ਵਾ ਕਿ ਇਹ ਇੱਕ ਵੱਖਰੀ ਕੌਮ ਆ ਤੇ ਇਹਨਾਂ ਵਾਸਤੇ ਇੱਕ ਸੇਫ ਤੇ ਸਿਕਿਉਰ ਮੁਲਕ ਜਾਂ ਜਿਹੜੀ ਇੱਕ ਜਗ੍ਹਾ ਜਿਹੜੀ ਉਹ ਚਾਹੀਦੀ ਉਹਦੇ ਵਾਸਤੇ ਹਰ ਪਾਸੇ ਉਹਨਾਂ ਨਾਲ ਟਕਾ ਹੁੰਦਾ ਸੀ ਸੋ ਫਿਰ ਉਹਦੇ ਵਾਸਤੇ ਉਹਨੇ ਐਫਰਟਸ ਕਰਦੀਆਂ ਸ਼ੁਰੂ ਕੀਤੀਆਂ ਵੱਖਰੀਆਂ ਵੱਖਰੀਆਂ ਗਵਰਨਮੈਂਟਸ ਨੂੰ ਅਪਰੋਚ ਕੀਤਾ ਉਦੋਂ ਸਿਰਫ ਜਿਹੜੇ ਉਸ ਸਮੇਂ ਤੇ ਦੋ एंपਾਇਰ ਬਹੁਤ ਤਗੜੇ ਸੀਗੇ ਬ੍ਰਿਟਿਸ਼ एंपਾਇਰ ਤੇ অটোਮਨ एंपਾਇਰ ਤੇ ਜਾ ਜੇ ਤੁਸੀਂ ਲਾ ਲਓ ਤਾਂ ਰਸ਼ੀਅਨ ਐਮਪਾਇਰ ਪਰ ਦੈਟ ਵਾਸਨਟ ਦੈਟ ਪਾਵਰਫੁਲ ਜਿਹੜੇ ਉਸ ਖਿੱਤੇ ਦੀ ਜਿਹੜੀ ਉਹ ਗੱਲ ਕਰਦੇ ਸੀਗੇ ਸੋ ਉਹਨਾਂ ਨੇ ਦੋਵਾਂ ਨੂੰ ਅਪਰੋਚ ਕੀਤੀ ਉਹਦੇ ਵਾਸਤੇ ਪਰ ਬਹੁਤਾ ਕੋਈ ਹੰਗਾਰਾ ਉਹਨਾਂ ਨੂੰ ਮਿਲਿਆ ਨਹੀਂ ਆਟੋਮਨਸ ਨੇ ਵੀ ਸਾਫ ਮਨਾ ਕਰ ਦਿੱਤਾ ਵੀ ਵੀ ਵੋਂਟ ਜੂਸ ਜਿਹੜੇ ਸਾਨੂੰ ਧਰਤੀ ਤੇ ਨਹੀਂ ਚਾਹੀਦੇ ਨਾ ਹੂੰ ਹੂੰ ਪਰ ਇਸ ਤੋਂ ਬਾਅਦ ਜਿਹੜੀ ਉਹ ਇਨ ਦੇ ਮੀਨ ਟਾਈਮ ਉਹ 1907 ਜਾਂ 8 ਦੇ ਵਿੱਚ ਉਹਦੇ ਡੈਥ ਹੋ ਗਈ ਤੇ ਪਰ ਇਹ ਮੁੱਦਾ ਜਿਹੜਾ ਚੱਲਦਾ ਰਿਹਾ ਹੂੰ ਹੂੰ ਫਿਰ ਸੈਕੰਡ ਜਿਹੜੀ ਫਰਸਟ ਵਰਲਡ ਵਾਰ ਸੀਗੀ ਉਹਦੇ ਵਿੱਚ ਬ੍ਰਿਟਿਸ਼ਰਸ ਨੇ ਜਿਹੜਾ ਸੀਗਾ ਉਹ ਆਟੋਮਨਸ ਦੇ ਨਾਲ ਬੇਸਿਕਲੀ ਹੋਈ ਸੀਗੀ ਹੂੰ ਹੂੰ ਉਹਦੇ ਵਿੱਚ ਫਿਰ ਇਹਨਾਂ ਨੇ ਰੈਬਸ ਨੂੰ ਕਿਹਾ ਸੀਗਾ ਕਿ ਜੇ ਤੁਸੀਂ ਸਾਡਾ ਸਾਥ ਦਿਓ ਹੂੰ ਹੂੰ ਆਟੋਮਨ Empire ਦੇ ਖਿਲਾਫ ਲੜਨ ਤੇ ਤੇ ਅਸੀਂ ਜਿਹੜਾ ਵਾ ਵੀ ਤੁਹਾਡੀ ਹੈਲਪ ਕਰਾਂਗੇ ਔਰ ਤੁਹਾਨੂੰ ਜਿਹੜਾ ਵਾ ਵੀ ਇਤੋਂ ਆਜ਼ਾਦ ਕਰਾਵਾਂਗੇ ਤੇ ਪੈਲੇਸਟਾਈਨ ਤੁਹਾਡਾ ਹੋਊਗਾ ਹੂੰ ਹੂੰ ਜਿਹੜੀ ਕਿ ਉਹਨਾਂ ਨੇ ਕੀਤੀ ਵੀ ਹਮਮ ਪਰ ਬ੍ਰਿਟਿਸ਼ਰ ਜਿਹੜੇ ਨਹੀਂ ਫਿਰੋ ਐਸ ਯੂਜਵਲ ਤੁਹਾਨੂੰ ਪਤਾ ਹੋਵੇ ਕਿ ਜਿਹੜੇ ਵਾਅਦੇ ਕਰਦੇ ਸੀ ਉਹਨਾਂ ਤੋਂ ਮੁੱਕਰ ਗਏ ਇਹ ਇਹ 16 ਚ ਹੋਈ ਆ ਉਸ ਤੋਂ ਬਾਅਦ 1917 ਦੇ ਵਿੱਚ ਉਹਨਾਂ ਨੇ ਬੈਲਫੋਰ ਡੈਕਲੇਰੇਸ਼ਨ ਜਿਹੜੀ ਸੀ ਜਿਹੜਾ ਆਰਥਰ ਬੈਲਫੋਰ ਸੀਗਾ ਉਹਨੇ ਲਾਰਡ ਰਾਚਸਾਈਲਡ ਦੇ ਇੱਕ ਜਿਹੜੀ ਉਹਨਾਂ ਦੇ ਕੈਬਨਟ ਦੀ ਅਪਰੂਵਲ ਦੇ ਨਾਲ ਜਿਹੜੀ ਹੋਈ ਸੀ ਉਹ ਚ ਕਿਹਾ ਸੀਗਾ ਕਿ ਆ威尔 ਗਿਵ ਗਿਵ ਦਾ ਯੂਜ ਜੂਜ਼ ਹੋਮਲੈਂਡ ਜਿਹੜੀ ਕਿ ਪੈਲੇਸਟਾਈਨ ਦੇ ਵਿੱਚ ਜਿਹੜੀ ਹੋਊਗੀ ਉੱਥੋਂ ਫਿਰ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਨੇ ਜਿਹੜੀਆਂ ਇਹ ਸ਼ੁਰੂ ਹੋਈਆਂ ਨੇ ਉਸ ਤੋਂ ਬਾਅਦ ਉਹਨਾਂ ਨੇ ਬੀਰ ਸ਼ਾਹਬਾ ਹਾਲਾਂਕਿ ਲੜਾਈ ਦੇ ਵਿੱਚ ਸਟੇਲ ਮੇਟ ਸੀਗਾ ਪਰ ਇੱਕ ਜਿਹੜੀ ਡਿਸਾਈਸਿਵ ਲੜਾਈ ਹੋਈ ਸੀਗੀ ਬੀਰ ਸ਼ਿਬਾਦੀ ਹੋਈ ਸੀਗੀ ਉਹਦੇ ਵਿੱਚ ਫਿਰ ਜਿਹੜੀਆਂ ਆਟਮਨ ਫੋਰਸਿਸ ਸੀਗੀਆਂ ਉਹ ਹਾਰ ਗਈਆਂ ਸੀਗੀਆਂ ਤੇ ਇੰਗਲੈਂਡ ਦਾ ਫਿਰ ਜਿਹੜਾ ਸੀਗਾ ਜਾਇ ਬ੍ਰਿਟਿਸ਼ एंपਾਇਰ ਦਾ ਉਹ ਇਸ ਏਰੀਆ ਦੇ ਉੱਤੇ ਜਿਹੜਾ ਕਬਜ਼ਾ ਹੋ ਗਿਆ ਸੀਗਾ ਫਿਰ ਉਸ ਤੋਂ ਬਾਅਦ ਜਿਵੇਂ ਲਾਈਏ ਤੇ ਫਿਰ ਉਹਨਾਂ ਨੇ ਲੀਗ ਆਫ ਨੇਸ਼ਨਸ ਦੇ ਨਾਲ ਜਿਹੜਾ ਸੀਗਾ ਕਰਕੇ ਤੇ ਇਹਦੀ ਮੇਨ ਟਾਈਮ 1917 ਦੇ ਵਿੱਚ ਨਾ ਫਿਰ ਇਹਨਾਂ ਨੇ ਫਰਾਂਸ ਦੇ ਨਾਲ ਨਾ ਪਿਕੋ ਸਾਈਕਸ ਇੱਕ ਐਗਰੀਮੈਂਟ ਕੀਤਾ ਹਮ ਹਮ ਉਹਦੇ ਨਾਲ ਇਹ ਕੀਤਾ ਕਿ ਜਿਹੜੀ ਜਿਹੜਾ ਤੇ ਉਹਨਾਂ ਨੇ ਵਾਅਦਾ ਕੀਤਾ ਸੀਗਾ ਉਹਦੀ ਤਾਂ ਖਿਲਾਫੀ ਕਰ ਦਿੱਤੀ ਹਮ ਹਮ ਤੇ ਜਿਹੜਾ ਏਰੀਆ ਜਿੱਤਿਆ ਸੀਗਾ ਉਹਨੂੰ ਆਪਸ ਵਿੱਚ ਡਿਵਾਈਡ ਕਰ ਲਿਆ ਹਮ ਹਮ ਜਿਹਦੇ ਵਿੱਚ ਜਾਰਡਨ ਪੈਲੇਸਟਾਈਨ ਸਦਰਨ ਇਜ਼ਰਾਇਲ ਜਿਹੜਾ ਉਹ ਆਪਣਾ ਇੰਗਲੈਂਡ ਕੋਲ ਆ ਗਿਆ ਹਮ ਹਮ ਤੇ ਜਿਹੜਾ ਲੈਬਨਾਨ ਸੀਰੀਆ ਵਾਲਾ ਏਰੀਆ ਸੀਗਾ ਉਹ ਫਰਾਂਸ ਦੇ ਕੰਟਰੋਲ ਹੇਠ ਆ ਗਿਆ। ਹਮਮ ਤੇ ਉਸ ਤੋਂ ਬਾਅਦ ਫਿਰ ਇਹਨਾਂ ਨੇ ਲੀਗ ਆਫ ਨੇਸ਼ਨਸ ਜਿਹੜੀ ਇੱਕ ਸ਼ਾਇਦ ਬਹੁਤੇ ਸਰੋਤਿਆਂ ਨੂੰ ਨਾ ਪਤਾ ਹੋਵੇ ਲੀਗ ਆਫ ਨੇਸ਼ਨ ਜਿਹੜੀ ਸੀਗੀ ਉਹ ਪ੍ਰਕਰਸਰ ਸੀਗਾ ਯੂਨ ਦਾ ਕਿਸੇ ਸਮੇਂ ਤੇ। ਹਮਮ ਉਹ ਫਿਰ ਲੀਗ ਆਫ ਨੇਸ਼ਨਸ ਇਹਨਾਂ ਨੇ ਫਿਰ ਪੈਲੇਸਟਾਈਨ ਦੀ ਮੰਡਟ ਲੈ ਲਈ। ਹਮਮ ਤੇ 1920 ਤੋਂ ਲੈ ਕੇ ਤੇ 1939 ਤੱਕ ਉਹ ਜਿਹੜਾ ਮੈਂਡੇਟਰੀ ਪੈਲੇਸਟਾਈਨ ਚੱਲਦਾ ਰਿਹਾ ਜਿੱਥੇ ਇਹਨਾਂ ਨੇ ਫਿਰ ਜਿਹੜੀ ਸੀਗੀ ਉੱਥੇ ਕਿਉਂਕਿ ਜਿਹੜਾ ਉਹ ਏਰੀਆ ਸੀ ਉਹਦੇ ਵਿੱਚ ਜਿਊਜ਼ ਵੀ ਸੀਗੇ ਤੇ ਪੈਲੇਸਟਿਨIANS ਹਾਲਾਂਕਿ ਜਿਊਜ਼ ਜਿਹੜੇ ਸੀਗੇ ਸਿਰਫ 10% ਸੀਗੇ ਉਸ ਸਮੇਂ ਉਹ ਜਿੰਨੀ ਪੋਪੂਲੇਸ਼ਨ ਸੀਗੀ ਉਹਦੇ ਵਿੱਚ ਫਿਰ ਇਹਨਾਂ ਨੇ ਦੋ ਤਰੀਕਿਆਂ ਨਾਲ ਜਿਊਜ਼ ਜਿਹੜੇ ਨੇ ਆਪਣੇ ਤਰੀਕੇ ਨਾਲ ਐਡਮਿਨਿਸਟਰ ਕਰਨ ਦੇ ਉਹਨਾਂ ਦਾ ਵੱਖਰਾ ਕਨਸਟੀਟਿਊਸ਼ਨ ਬਣਾਤਾ ਪੈਲੇਸਟਿਨIANS ਦਾ ਜਿਹੜਾ ਸੀਗਾ ਉਹ ਵੱਖਰਾ ਕਰ ਦਿੱਤਾ ਸੋ ਇਹ ਚੀਜ਼ ਜਿਹੜੀ ਚੱਲਦੀ ਰਹੀ ਪਰ ਉਹਦੇ ਵਿੱਚ ਹਾਲਾਂਕਿ ਜਦੋਂ ਇਹਨਾਂ ਨੇ ਲਿਬ੍ਰੇਟ ਕਰਵਾਇਆ ਪੈਲੇਸਟਾਈਨ ਨੂੰ ਤੇ ਜਿਹੜੇ ਪੈਲੇਸਟਿਨੀਆਂ ਸੀ ਉਥੋਂ ਦੇ ਉਹਨਾਂ ਨੇ ਹਾਲਾਂਕਿ ਇਹਨਾਂ ਨੂੰ ਐਜ਼ ਅ ਲਿਬ੍ਰੇਟਰ ਟਰੀਟ ਕੀਤਾ ਸੀ ਕਦੇ ਵੈਲਕਮਡ ਐਕਚੁਅਲੀ ਪਰ ਸਿਚੁਏਸ਼ਨ ਜਿਹੜੀ ਹੈ ਵਿਗੜਦੀ ਗਈ ਤੇ ਕਿਉਂਕਿ ਇਹਨਾਂ ਨੇ ਪੈਲੇਸਟਿਨIANS ਨੂੰ ਪਤਾ ਨਹੀਂ ਸੀਗਾ ਕਿ ਬ੍ਰਿਟਿਸ਼ਰਸ ਨੇ ਵੈਲਫੋਰਡ ਡੈਕਲੇਰੇਸ਼ਨ ਦੇ ਨਾਲ ਜੂਜ਼ ਨੂੰ ਪ੍ਰੋਮਿਸ ਕੀਤਾ ਹੈ ਕਿ ਇਹ ਜੀ ਤੁਹਾਨੂੰ ਪੈਲੇਸਟਾਈਨ ਜਿਹੜਾ ਵਾ ਤੁਹਾਡੀ ਹੋਮਲੈਂਡ ਹੋਊਗੀ ਸੋ ਜਦੋਂ ਉਹਨਾਂ ਨੂੰ ਪਤਾ ਲੱਗਣਾ ਸ਼ੁਰੂ ਹੋਇਆ ਤੇ ਫਿਰ ਜਿਹੜੀ ਅੰਦਰਾਸਤ ਉੱਤੇ ਜਿਹੜੀ ਆ ਸ਼ੁਰੂ ਹੋਣੀ ਹੋ ਗਈ ਸ਼ੁਰੂ ਫਿਰ ਤਕਰੀਬਨ 38 39 ਦੇ ਵਿੱਚ ਪੈਲਸਟਿਨIANS ਨੇ ਜਿਹੜੀ ਆ ਰਿਵੋਲਟ ਕੀਤੀ ਆ ਉਹਦੇ ਤੋਂ ਜਿਹੜੀਆਂ ਚੀਜ਼ਾਂ ਖਰਾਬ ਹੋਣੀਆਂ ਸ਼ੁਰੂ ਹੋਈਆਂ ਫਿਰ ਜਿਹੜੀ ਆ 47 48 ਦੇ ਵਿੱਚ ਇਜ਼ਰਾਈਲੀਆਂ ਨੇ ਵੀ ਕੀਤੀ ਹਾਲਾਂਕਿ ਉਹਦੇ ਵਿੱਚ ਬ੍ਰਿਟਿਸ਼ਰਸ ਦਾ ਵੀ ਨੁਕਸਾਨ ਹੋਇਆ ਤੇ ਵਰਲਡ ਵਾਰ 2 ਤੋਂ ਬਾਅਦ ਫਿਰ ਜਦੋਂ 49 ਦੇ ਵਿੱਚ ਨਾ 48 ਦੇ ਵਿੱਚ ਜਦੋਂ ਅਰਬ ਇਜ਼ਰਾਇਲ ਵਾਰ ਹੋਈ ਆ ਤੇ ਇਜ਼ਰਾਇਲ ਨੇ ਫਿਰ ਜਿਹੜੀਆਂ ਅਰਬ ਫੋਰਸਿਸ ਸਾਰੀਆਂ ਨੂੰ ਪੁਸ਼ ਆਊਟ ਕਰਕੇ ਤੇ ਜਿੰਨਾ ਵੀ ਏਰੀਆ ਹੋ ਸਕਦਾ ਸੀਗਾ ਉੱਤੇ ਕਬਜ਼ਾ ਕਰ ਲਿਆ ਐਂਡ ਓਵਰਨਾਈਟ ਜਾਂ ਵੈਰੀ ਸ਼ਾਰਟ ਸਪੈਨ ਆਫ ਟਾਈਮ ਤਕਰੀਬਨ 7-8 ਲੱਖ ਪੈਲੇਸਟinians ਦੇ ਬੀਕਮ ਰਿਫਿਊਜੀਸ ਜਿਹੜਾ ਪੁਸ਼ਡ ਆਊਟ ਆਫ ਪੈਲੇਸਟਾਈਨ ਸੋ ਬੇਸਿਕਲੀ ਜਿਹੜੇ ਤਾਂ ਲੋਕਲ ਰੈਜ਼ੀਡੈਂਟ ਉੱਥੇ ਰਹਿ ਰਹੇ ਸੀ ਜਿਉਂ ਪਾਏ ਦੇਖ ਲਈਏ ਉਹਨਾਂ ਨੂੰ ਪਾਸੇ ਕਰਕੇ ਇੱਕ ਸਟੇਟ ਬਣਾਇਆ ਗਿਆ ਸਿਰਫ ਰਿਲੀਜੀਅਨ ਦੇ ਬੇਸ ਤੇ ਹਾਂਜੀ ਇਹ ਮਤਲਬ ਤੁਸੀਂ ਕਹਿ ਸਕਦੇ ਇੱਕ ਬੜਾ ਇਰੈਸ਼ਨਲ ਜੀ ਜਿਹੜੀ ਚੀਜ਼ ਹੈ ਕਿ ਹੁਣ ਦੇਖੋ ਜਦੋਂ एंपਾਇਰਸ ਹੁੰਦੇ ਸੀ ਕਿ ਆਪਣੀਆਂ ਮਨਮਰਜ਼ੀਆਂ ਕਰਦੇ ਸੀ ਹੁਣ ਜਿਹੜੀ ਜਿਹੜੀ ਬ੍ਰਿਟਿਸ਼ एंपਾਇਰ ਦੀ ਵੀ ਜਿਹੜੀ ਸੋਚ ਜਿਹੜੀ ਨਿਕਲੀ ਸੀਗੀ ਉਸ ਵੇਲੇ ਦੇ ਹੁਕਮਰਾਨਾਂ ਦੀ ਭਾਵੇਂ ਉਹ ਪ੍ਰਾਈਮ ਮਿਨਿਸਟਰ ਸੀਗੇ ਜਾਂ ਉਹ ਐਕਚੁਅਲੀ ਬਾਈਬਲ ਦੇ ਵਿੱਚੋਂ ਜ਼ਿਆਦਾ ਨਿਕਲੀਆਂ ਸੀਗਾ ਤੇ ਰਾਦਰ ਥੈਨ ਦੀ ਟਰੂ ਅੰਡਰਸਟੈਂਡਿੰਗ ਆਫ ਜੀਓਗ੍ਰਾਫੀ ਔਰ ethnicities ਜਾਂ composition ਕੀ ਉਸ ਏਰੀਆ ਦੇ ਵਿੱਚੋਂ ਹੀ ਇਸ ਨਿਕਲੀ ਹੋਈ ਤੇ ਹੁਣ ਜਿਹੜੇ ਉਹ ਜੂਸ ਵੀ ਕਲੇਮ ਕਰਦੇ ਸੀਗੇ ਕਿ that was their land original religion ਦੇ ਬੇਸ ਤੇ religion ਦੇ ਬੇਸ ਤੇ ਕਰਦੇ ਸੀ ਨਾ ਹਾਂਜੀ ਹਾਲਾਂਕਿ ਜੈਨਿਜ਼ਮ ਦਾ ਹੈ ਹੀ ਬੇਸ ਜਿਹੜਾ ਉਹ ਰਿਲੀਜੀਅਨ ਦੇ ਬੇਸ ਤੇ ਹਾਂਜੀ ਹਾਂਜੀ ਤੇ ਉਹਨਾਂ ਨੂੰ ਜਿਹੜੇ ਤੇ ਜਿਹੜੇ 500 ਸਾਲ ਜਾਂ 600 ਸਾਲ ਤੋਂ ਉੱਥੇ ਰਹਿ ਰਹੇ ਸੀਗੇ ਦੇ ਵਰ ਪੁਸ਼ਡ ਆਊਟ ਐਂਡ ਉੱਥੇ ਤੁਸੀਂ ਉਹ ਲਿਆ ਕੇ ਬਿਠਾ ਦਿੱਤੇ ਜਿਨ੍ਹਾਂ ਦੀ ਉੱਥੇ ਇੱਕ ਪਾਪੂਲੇਸ਼ਨ ਜਿਹੜੀ ਸੀਗੀ ਸਾਰੀ 10% ਸੀਗੀ ਉਹਦੇ ਵਿੱਚ ਕੈਥੋਲਿਕ ਪੈਲੇਸਟੀਨੀਆਂ ਵੀ ਸੀਗੇ ਤੇ ਫਿਰ ਇਹ ਤੋਂ ਜਿਹੜਿਆ ਵਾ ਜਿਹੜੀ ਆ ਜਿਹੜੀ ਕਰੰਟ ਸਿਚੁਏਸ਼ਨ ਜਿਹੜੀ ਆ ਹੌਲੀ ਹੌਲੀ ਉਸ ਤੋਂ ਬਾਅਦ ਬੜੀਆਂ ਟਾਈਮਲਾਈਨਸ ਨੇ ਦੋ ਤਿੰਨ ਵਾਰਸ ਵੀ ਹੋਈਆਂ ਨੇ ਜਿਨ੍ਹਾਂ ਦੇ ਵਿੱਚ 67 ਦੀ ਵਾਰ ਐ 67 ਦੀ ਵਾਰ ਜਿਹਦੇ ਵਿੱਚ ਸਿਰਿਆ ਜਾਰਡਨ ਤੇ ਏਜੀਪਟ ਨੇ ਇਜ਼ਰਾਈਲ ਤੇ ਅਟੈਕ ਕੀਤਾ ਸੀਗਾ ਪਰ ਥੈਨ ਇਜ਼ਰਾਈਲ ਨੇ ਜਿਹੜਾ ਸੀਗਾ ਤਿੰਨ ਨੂੰ ਡੀਫੀਟ ਕੀਤਾ ਏਰੀਆ ਤੇ ਕਬਜ਼ਾ ਕੀਤਾ ਫੇਰ ਤੁਹਾਡੀ 73 ਦੀ ਯੋਮ ਕਿਪੂਰ ਵਾਰ ਹੋਈ ਉਹਦੇ ਵਿੱਚ ਵੀ ਜਿਹੜਾ ਸੀਗਾ ਫਰੀ ਇਹਨਾਂ ਨੂੰ ਡੀਫੀ ਉਹ ਜਿਹੜੀ ਸੀ ਸਿਰਿਆ ਤੇ ਏਜੀਪਟ ਸੀਗੇ ਉਹਦੇ ਵਿੱਚ ਵੀ ਇਹਨਾਂ ਨੂੰ ਡੀਫੀਟ ਹੋਈ ਅ ਸੋ ਮਤਲਬ ਕਿ ਜਿਹੜੇ ਨਾ ਇਹ ਪੁਸ਼ ਆਊਟ ਜਿਹੜੇ ਉਹ ਕਰਦੇ ਰਹੇ ਆ ਮਤਲਬ ਕਿ ਜਿਵੇਂ 1948 ਦੇ ਵਿੱਚ ਬੈਨ ਗੁਰਿਅਨ ਜਿਹਦਾ ਉਹਨਾਂ ਦਾ ਮਾਡਰਨ ਇਜ਼ਰਾਈਲ ਦਾ ਜੇ ਆਪਾਂ ਕਹੀਏ ਵੀ ਉਹਨੂੰ ਨਰਮਤਾ ਗਿਣਿਆ ਜਾਂਦਾ ਬੈਨ ਗੁਰਿਅਨ ਨੇ ਇਹ ਸੋਚਿਆ ਸੀ ਕਿ ਜਿੰਨੇ ਵੀ ਏਰੀਆ ਤੇ ਕਬਜ਼ਾ ਕੀਤਾ ਜਾ ਸਕਦਾ ਹੈ ਉਹਨੇ ਏਰੀਆ ਤੇ ਕਰ ਲਈ ਪਰ ਬੈਨ ਗੁਰਿਅਨ ਦਾ ਇੱਕ ਡਿਫਰੈਂਸ ਹੈਗਾ ਕਰੰਟ ਸਿਚ ਦੇ ਨਾਲੋਂ ਕੀ ਜੇ ਮੈਂ ਪੈਲੇਸਟੀਨIANS ਨੂੰ ਵੈਸਟ ਬੈਂਕ ਦੇ ਵਿੱਚ ਪੁਸ਼ ਆਊਟ ਕਰ ਦਿੱਤਾ ਵਾ ਜਾਂ ਗਾਜ਼ਾ ਦੇ ਵਿੱਚ ਕਰ ਦਿੱਤਾ ਵਾ ਆਮ ਨਾਟ ਗੋਇੰਗ ਟੂ ਟੇਕ them ਬੈਕ ਆਮ ਓਕੇ ਸਮੱਸਿਆ ਉਦੋਂ ਹੁੰਦੀ ਹੈ ਕਿ ਜਦੋਂ ਵੈਸਟ ਬੈਂਕ ਦੇ ਵਿੱਚ ਵੀ ਜਾ ਕੇ ਫਿਰ ਜਿਹੜੇ ਬਾਕੀਆਂ ਨੇ ਸੈਟਲਮੈਂਟਸ ਕਰਨੀਆਂ ਸ਼ੁਰੂ ਕਰ ਦਿੱਤੀਆਂ ਸੋ ਫਿਰ ਜਿਹੜਾ ਹੁਣ ਇੱਕ ਸਵਾਲ ਇਹ ਆਉਂਦਾ ਕਿ ਜਿਹੜੇ ਹੁਣ ਇਜ਼ਰਾਈਲ ਚ ਆ ਕੇ ਬਸੇ ਲੋਕ ਉਹਨਾਂ ਚੋਂ ਜਿਹੜੇ ਤਾਂ ਲੋਕਲ ਜੂਜ਼ ਸੀਗੇ ਉਹਨਾਂ ਦਾ ਤਾਂ ਚਲੋ ਮੰਨਿਆ ਰਾਈਟ ਉੱਥੇ ਪਰ ਲੋਕਲ ਕਿੰਨੇ ਕ ਪਰਸੈਂਟ ਸੀ ਤੇ ਬਾਹਰੋਂ ਦੁਨੀਆ ਪਰ ਚੁਗਾਈ ਕਿੰਨੇ ਕ ਪਰਸੈਂਟ ਨੇ ਜਿਦਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਜਦੋਂ ਇਹ ਸ਼ੁਰੂ ਹੋਇਆ ਉਦੋਂ ਸਿਰਫ 10% ਸੀਗੇ ਯੂ ਕੈਨ ਸੇ ਥੈਟ ਕਿ ਜਿਹੜੀ 20th ਸੈਂਚਰੀ ਦੀ ਸ਼ੁਰੂਆਤ ਦੇ ਵਿੱਚ ਲਗਭਗ 7 ਲੱਖ ਜਿਹੜੇ ਸੀਗੇ ਉੱਥੇ ਪੈਲੇਸਟੀਨੀਆਂ ਸੀਗੇ ਤੇ ਅਸੀਂ 85 ਹਜ਼ਾਰ ਜਿਹੜੇ ਜੂਜ਼ ਸੀਗੇ ਬਾਕੀ ਸਾਰੇ ਬਾਹਰੋਂ ਗਏ ਹੋਏ ਬਾਕੀ ਸਾਰੇ ਜਿਹੜੇ ਨੇ ਜਦੋਂ ਇਹ ਹੋਇਆ ਨਾ ਮੰਡੇਟ ਪੈਲੇਸਟਾਈਨ ਸੀਗਾ ਉਦੋਂ ਬੜੀਆਂ ਹਿਊਜ ਮਾਈਗ੍ਰੇਸ਼ਨਸ ਹੋਈਆਂ ਨੇ ਯੂਰਪ ਦੇ ਵਿੱਚੋਂ ਵੀ ਰਸ਼ੀਆ ਦੇ ਵਿੱਚ ਜਿਹੜੇ ਜੂਸ ਪ੍ਰੋਸੀਕਿਊਟ ਕੀਤੇ ਗਏ ਨੇ ਉੱਥੋਂ ਮਾਈਗ੍ਰੇਸ਼ਨ ਸਹੀ ਆਣੇ। ਦੈਨ ਆਫਟਰ ਦੈਟ ਜਿਹੜੀ ਸੈਕੰਡ ਵਰਲਡ ਵਾਰ ਦੇ ਵਿੱਚ ਜਿਹੜਾ ਨਾਸੀ ਜਿਸ ਨੇ ਕੀਤਾ ਵਾ ਤੇ ਉਹ ਜੂਸ ਜਿਹੜੇ ਨੇ ਹੁਣ ਮਾਈਗ੍ਰੇਟ ਕਰਕੇ ਤੁਸੀਂ ਇਹ ਦੇਖੋ ਕਿ ਉਹਦੀ ਜਿਹੜੇ ਐਗਰੀਮੈਂਟ ਹੋਏ ਉਹਨਾਂ ਦੇ ਇਟਸੈਲਫ ਉਹਨਾਂ ਦੇ ਵਿੱਚ ਕਿੰਨੀਆਂ ਕੌਂਟਰਡਿਕਸ਼ਨਸ ਨੇ। ਦੇਖੋ ਇੱਕ ਤਾਂ ਗੱਲ ਚਲੋ ਇੱਕ ਸਮਝ ਆਉਂਦੀ ਹੈ ਕਿ ਉਸ ਵੇਲੇ ਜਿੰਨਾ ਇਹਨਾਂ ਯੂਰਪ 'ਚ ਜਾਂ ਹੋਰ ਥਾਵਾਂ ਤੇ ਉਹਨਾਂ ਨੂੰ ਤੱਕਾ ਹੋ ਰਿਹਾ ਸੀ। ਉਹਨਾਂ ਦੀ ਇੱਕ ਸੇਫ ਥਾਂ ਦੀ ਤਲਾਸ਼ ਸੀ। ਇਹ ਤੇ ਗੱਲ ਉਹਨਾਂ ਦਾ ਵੈਲਿਡ ਕਨਸਰਨ ਸੀ। ਪਰ ਪ੍ਰੋਬਲਮ ਇਹ ਹੈ ਜਿੱਥੇ ਜਾ ਕੇ ਉਹਨਾਂ ਲਈ ਥਾਂ ਕ੍ਰੀਏਟ ਕੀਤੀ ਜਾ ਰਹੀ ਸੀ ਉੱਥੇ ਹੋਰ ਵੀ ਲੋਕ ਰਹਿੰਦੇ ਸੀ ਉਹਨਾਂ ਦਾ ਵੀ ਰਾਈਟ ਸੀ ਐਬਸੋਲੂਟਲੀ ਉਹਨੇ ਏਸੀ ਗੱਲ ਨੂੰ ਇਰੈਸ਼ਨਲ ਹੁਣ ਤੁਸੀਂ ਦੇਖੋ ਕਿ ਜਿਹੜਾ ਉਹ ਇਵਨ ਬੈਲਫੋਰਡ ਡੈਕਲੇਰੇਸ਼ਨ ਸੀ ਨਾ ਉਹਦੇ ਵਿੱਚ ਇਹ ਮੈਂਸ਼ਨ ਕੀਤਾ ਗਿਆ ਸੀਗਾ ਕਿ ਜਿਹੜੀ ਉੱਥੋਂ ਦੀਆਂ ਨੇਟਿਵ ਪਾਪੂਲੇਸ਼ਨਸ ਸੀ ਗਿਆ ਉਹਨਾਂ ਨੂੰ ਤੁਸੀਂ ਪ੍ਰੋਸੀਕਿਊਟ ਨਹੀਂ ਕਰੋਗੇ ਜਿਹੜੇ ਜੋ ਹੋਰ ਵੀ ਰਿਲੀਜੀਅਨ ਦੇ ਜਿਹੜੇ ਲੋਕ ਨੇ ਹਨਾ ਬਟ ਹੋਇਆ ਉਹ ਤੋਂ ਉਲਟ ਆ ਸਮੱਸਿਆ ਇਹ ਹੈ ਕਿ ਬ੍ਰਿਟਿਸ਼ਰਸ ਨੇ ਕੋਈ ਵੀ ਜਿਹੜਾ ਐਗਰੀਮੈਂਟ ਹੈ ਉਹ ਆਨਰ ਨਹੀਂ ਕੀਤਾ ਪਰ ਇਹੋ ਹੀ ਐਗਰੀਮੈਂਟ ਹੈ ਆਪਣੀ ਹਿਸਟਰੀ ਦੇ ਵਿੱਚ ਪ੍ਰੋਬਾਬਲੀ ਜਿਹੜਾ ਨਾਲ ਆਨਰ ਕੀਤਾ ਵੈਲਫਰ ਡੈਕਲਰੇਸ਼ਨ ਹਾਲਾਂਕਿ ਉਹਨੇ ਜਿਹੜਾ ਥੀਡਰ ਹਰਜਲ ਸੀਗਾ ਉਹਨੇ ਇਹ ਵੀ ਇੱਕ ਵਾਰੀ ਉਹਨੇ ਪ੍ਰਪੋਜ਼ਲ ਦਿੱਤਾ ਸੀਗਾ ਸਮਵੇਅਰ ਇਨ 2006 1967 5 5 6 ਦੇ ਵਿੱਚ ਕੀ ਮੈਨੂੰ ਯੂਗਾਂਡਾ ਦੇ ਵਿੱਚ ਵੀ ਅਸੀਂ ਉੱਥੋਂ ਦੀ ਵੀ ਗੱਲ ਚੱਲਦੀ ਸੀਗੀ ਬ੍ਰਿਟਿਸ਼ ਈਸਟ ਅਫਰੀਕਾ ਦੇ ਵਿੱਚ ਪਰ ਉੱਥੇ ਵੀ ਉਹਨਾਂ ਨੂੰ ਉਹ ਚੀਜ਼ ਦਾ ਜਿਹੜਾ ਵਾ ਸਾਹਮਣਾ ਕਰਨਾ ਪਿਆ ਅ ਜਦੋਂ ਇਹ ਪੁਸ਼ ਆਊਟ ਕੀਤੀ ਨੇ ਪਰ ਉਹਦੇ ਵਿੱਚ ਇਹ ਤੁਸੀਂ ਦੇਖੋ ਕਿ ਜਿਹੜੇ ਜਿਹੜੇ ਇਹਨਾਂ ਦੇ ਕਨਸਟੀਟਿਊਸ਼ਨ ਜਿਹੜੇ ਲਿਖੇ ਸੀ ਉਹਦੇ ਵਿੱਚ ਇਹ ਸੀਗਾ ਕਿ ਜੂਜ਼ ਜਿੱਥੋਂ ਮਰਜ਼ੀ ਆ ਜਾਣ ਹੂੰ ਉਹ ਇੱਥੇ ਵੈਲਕਮ ਨੇ ਹੂੰ ਪਰ ਪੈਲੇਸਟੀਨIANS ਜਿਹੜੇ ਨਹੀਂ ਜਾਂ ਕੋਈ ਗ੍ਰਾਬ ਜਿੱਦੋਂ ਉਹ ਨਹੀਂ ਇੱਥੇ ਆ ਕੇ ਵੈਲਕਮ ਹੋ ਸਕਦੇ ਹਾਂ ਪਰ ਜਦੋਂ ਅਸਲ ਵਿੱਚ ਇਹੀ ਹੈ ਨਾ ਇੱਕ ਗੜਬੜ ਫਿਰ ਦੂਜੀ ਗੜਬੜ ਨੂੰ ਫਿਰ ਤੀਜੀ ਗੜਬੜ ਨੂੰ ਪਹਿਲਾਂ ਇਹਨਾਂ ਨਾਲ ਦੁਨੀਆ ਪਰਚੀ ਧੱਕਾ ਹੋਇਆ ਜੀ ਉਸ ਦਾ ਉਹਦੇ ਚ ਉਹਨਾਂ ਨੂੰ ਲੱਗਦਾ ਸੀ ਸਾਡੇ ਲਈ ਕੋਈ ਥਾਂ ਖੋਵੇ ਹਾਂਜੀ ਉਹਨਾਂ ਨੇ ਆਪਣੇ ਲਈ ਥਾਂ ਤਾਂ ਬਣਾ ਲਈ ਨਾਲ ਅੱਗੇ ਹੋਰ ਟਰੈਵਲ ਕ੍ਰੀਏਟ ਕਰਤੀ ਹਾਂਜੀ ਸਾਰੇ ਇੱਕ 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 ਪ੍ਰੋਬਲਮ ਫਿਰ ਦੂਜੀ ਨੂੰ ਜਨਮ ਦੇਨ ਦੀ ਜਾਂਦੀ ਹੈ ਹਾਂਜੀ ਹੁਣ ਇਹ ਐਕਚੁਅਲੀ ਇਹ ਮਸਲਾ ਇਹਨਾਂ ਕਨਵੋਲੇਟਿਡ ਕਨਵੋਲੇਟਿਡ ਹੈ ਨਾ ਇਹ ਨੂੰ ਢੇਰ ਨਾਲ ਬੜਾ ਆਊਟ ਆਊਟ ਬੜਾ ਮੁਸ਼ਕਲ ਹੈ ਹੁਣ ਪਿੱਛੇ ਅਸੀਂ ਜਾ ਨਹੀਂ ਸਕਦੇ ਪਿਛੇ ਜੋ ਗਲਤੀਆਂ ਪਹਿਲਾਂ ਹੋ ਗਈਆਂ ਉਹਨਾਂ ਨੂੰ ਠੀਕ ਨਹੀਂ ਕਰ ਸਕਦੇ ਉਦਾਂ ਦੀ ਗੱਲ ਹੀ ਹੈ ਵੀ ਜਿਵੇਂ ਹੁਣ ਇਹ ਯੂਰੋਪੀਅਨ ਇੱਥੇ ਆਏ ਹੋਏ ਨੇ ਜੇ ਹੁਣ ਇੱਥੋਂ ਦੇ ਜਿਹੜੇ ਨੇਟਿਵਸ ਨੇ ਹੁਣ ਆਪਾਂ ਇਹ ਵੀ ਨਹੀਂ ਹੋ ਸਕਦਾ ਕਿ ਇਹਨਾਂ ਨੂੰ ਸਾਰਿਆਂ ਨੂੰ ਵਾਪਸ ਭੇਜੋ ਹੁਣ ਮਤਲਬ ਜਿਹੜੀ ਜਿਹੜਾ ਬਣ ਚੁੱਕਿਆ ਹੁਣ ਇਹਦੇ ਚੋਂ ਹੱਲ ਕੀ ਕੱਢਣਾ ਇਹ ਹੁਣ ਇੱਕ ਇਸ਼ੂ ਹੈ ਵੀ ਹੁਣ ਇਸ ਜਿਹੜਾ ਇਸ਼ੂ ਹੈ ਹੁਣ ਇਜ਼ਰਾਈਲ ਬਣ ਚੁੱਕਿਆ ਹੁਣ ਸਾਰਾ ਕੁਝ ਹੋ ਚੁੱਕਿਆ ਹੈ ਹੁਣ ਇਹਦਾ ਹੱਲ ਕੀ ਹੋਏ ਇਹਦੇ ਬਾਰੇ ਵੀ ਆਪਾਂ ਗੱਲਬਾਤ ਕਰਦੇ ਆਂ ਗੱਲਬਾਤ ਸਾਡੀ ਚੱਲ ਰਹੀ ਹੈ ਗੱਲਬਾਤ ਜਾਰੀ ਰਹੇਗੀ ਦਿਲਬਖ ਜ ਥੋੜੀ ਜੀ ਬੈਕਗ੍ਰਾਉਂਡ ਤੁਸੀਂ ਦਿੱਤੀ ਆ ਹਮਮ ਇਹ ਮੈਂ ਕਹਿੰਦਾ ਜਿੰਨਾ ਇਹ ਕੰਪਲਿਕੇਟਡ ਜਿੰਨੀ ਲੰਬੀ ਚੌੜੀ ਕਹਾਣੀ ਹੈ ਜਸਟ ਉਹਦੇ ਚੋਂ ਆਪਾਂ ਉਹਨੂੰ ਜਿਵੇਂ ਕਹਿੰਦੇ ਗੱਲੋ ਕਿ ਇੱਕ ਕਿਤਾਬ ਨੂੰ ਦੋ ਦੋ ਲਾਈਨਾਂ ਚ ਦੱਸਣ ਦੀ ਕੋਸ਼ਿਸ਼ ਆਪਾਂ ਕਰ ਰਹੇ ਹਾਂ ਜਿਆਦਾ ਲੰਬੀ ਚੌੜੀ ਕਹਾਣੀ ਹਮਮ ਹੁਣ ਇਹ ਆ ਕਿ ਹੁਣ ਰਿਐਲਿਟੀ ਆ ਜਿਵੇਂ ਵੀ ਹੋਇਆ ਹੁਣ ਇਜ਼ਰਾਈਲ ਇਜ਼ਰਾਈਲ ਕੰਟਰੀ ਬਣ ਚੁੱਕਿਆ ਹਮਮ ਤਾਂ ਹੁਣ ਅਜੇ ਵੀ ਪਰ ਦੂਜੀ ਸਾਈਡ ਵਾਲੇ ਅਜੇ ਕਹਿੰਦੇ ਨੇ ਕਿ ਜੀ ਇਹ ਨਜਾਇਜ਼ ਮੁਲਕ ਹੈ ਇਹਨੂੰ ਅਸੀਂ ਖਤਮ ਕਰਨਾ ਦੇ ਨਾਲ ਨਾਲ ਜਿਹੜੀ ਦੂਜੀ ਤਰ ਹੈ ਉਹਨਾਂ ਦਾ ਦਏ ਵੀ ਕਹਿਣਾ ਕਿ ਸਾਡਾ ਵੀ ਤੇ ਮੁਲਕ ਹੋਣਾ ਚਾਹੀਦਾ ਨਹੀਂ ਸ਼ਮੀਲ ਜੀ ਇਹਦੇ ਵਿੱਚ ਨਾ ਥੋੜਾ ਜਿਹਾ ਹੈਗਾ ਕਿ ਜਿਹੜਾ ਇਵਨ ਯਾਸਰ ਅਰਾਫਾਤ ਨੇ ਵੀ ਆਸਲੋਕ ਕਾਨ 1993 ਉਹਦੇ ਵਿੱਚ ਜਿਹੜਾ ਸੀਗਾ ਕਿ ਮੰਨ ਲਿਆ ਸੀਗਾ ਕਿ ਇਜ਼ਰਾਈਲ ਜਿਹੜਾ ਉਹ ਉਹਦੀ ਐਗਜ਼ਿਸਟੈਂਸ ਜਿਹੜੀ ਅਸੀਂ ਐਕਸੈਪਟ ਕਰਦੇ ਹਾਂ ਹੈਨਾ ਪਰ ਜਦੋਂ ਓਸਲੋ ਅਕੋਰਡਸ ਵੀ ਜਿਹੜੇ ਨੇ ਉਹ ਇੰਪਲੀਮੈਂਟ ਨਹੀਂ ਹੋਏ ਕਿਉਂਕਿ ਮੈਨੂੰ ਲੱਗਦਾ ਕਈ ਵਾਰੀ ਕਿ ਚੀਜ਼ਾਂ ਉਦਾਂ ਹੁੰਦੀਆਂ ਪਰ ਮੰਸ਼ਾ ਉਹਨਾਂ ਨੂੰ ਇੰਪਲੀਮੈਂਟ ਕਰਨ ਦੀ ਨਹੀਂ ਹੁੰਦੀ ਫਿਰ ਜਿਹੜੀਆਂ 2005 ਦੀ ਜਦੋਂ ਪੈਲੇਸਟੀਨियन ਅਥਾਰਟੀ ਹੋਂਦ ਦੇ ਵਿੱਚ ਆਈ ਹੈ ਵੈਸਟ ਬੈਂਕ ਦੇ ਵਿੱਚ ਇਹ ਆਗੇ ਨੇ ਤੇ ਜਦੋਂ 2005 ਦੇ ਵਿੱਚ ਇਲੈਕਸ਼ਨਸ ਹੋਈ ਨੇ ਗਾਜ਼ਾ ਦੇ ਵਿੱਚ ਉਦੋਂ ਇਹ ਹਾਰ ਗਏ ਨੇ ਤੇ ਹਮਾਸ ਜਿਹੜੀ ਆ ਉਹ ਆ ਗਏ ਠੀਕ ਹੈ ਹਮਾਸ ਦਾ ਸਟੇਟਡ ਗੋਲ ਜਿਹੜਾ ਇਹ ਹੀ ਹੈ ਕਿ ਰੈਡੀਕੇਸ਼ਨ ਆਫ ਨਾ ਉਹ ਤੇ ਖਤਮ ਕਰਦੀ ਗੱਲਾਂ ਹੀ ਕਰਦੇ ਨਾ ਪਰ ਜਦੋਂ ਉਹਨਾਂ ਨੇ ਐਕਸੈਪਟ ਕਰ ਲਿਆ ਵਾ ਉਹਨਾਂ ਨੂੰ ਪਰ ਹ ਸਮੱਸਿਆ ਇਹ ਹੈ ਕਿ ਇਹ ਤਾਂ ਕਹੀ ਨਹੀਂ ਕਰ ਸਕਦੇ ਕਿ ਇਹਨਾਂ ਦੋ ਮੁਲਕਾਂ ਦੀਆਂ ਬਾਉਂਡਰੀਜ਼ ਕੀ ਹੋਣਗੀਆਂ ਫਿਰ ਜਿਹੜਾ ਪੈਲੇਸਟੀਨIANS ਆ ਰਾਈਟ ਟੂ ਜਿਹੜਾ ਰਿਟਰਨ ਜਿਹੜਾ ਉਹ ਹੈਗਾ ਕਿ ਨਹੀਂ ਹੈਗਾ ਸਿਕਿਉਰਿਟੀ ਗਾਰੰਟੀਆਂ ਕੀ ਨੇ ਨਾ ਜੀ ਫਿਰ ਦੂਜੀ ਗੱਲ ਇਹ ਹੈ ਕਿ ਜੇ ਤੁਸੀਂ ਉਹ ਚੀਜ਼ ਮੰਨ ਲਈ ਹੈ ਫਿਰ ਯੂ ਕੈਨਟ ਗੋ ਓਨ ਬਿਲਡਿੰਗ ਦੀ ਸੈਟਲਮੈਂਟਸ ਆ ਰਾਈਟ ਸੈਟਲਮੈਂਟਸ ਦੇ ਤੁਸੀਂ ਬਣਾ ਬਣਾ ਕੇ ਜਿਹੜਿਆ ਵਾ ਵੀ ਉਹਦੇ ਵਿੱਚੋਂ ਤਕਰੀਬਨ 15-20% ਤਾਂ ਵੈਸਟ ਬੈਂਕ ਦਾ ਵੈਸੇ ਹੀ ਪਿਲੋ ਕਬਜ਼ਾ ਕਰ ਲਿਆ ਕਿੱਥੇ ਸੈਟਲਰ ਜਿਹੜੇ ਸੀ ਕਿਸੇ ਹਜ਼ਾਰਾਂ ਦੇ ਵਿੱਚ ਸੀ ਅੱਜ ਤੋੜੇ ਲੱਖਾਂ ਦੇ ਵਿੱਚ 6-7 ਲੱਖ ਸੈਟਲਰ ਉੱਥੇ ਹੋ ਗਿਆ ਹੈ ਨਾ ਸੋ ਮੈਨੂੰ ਲੱਗਦਾ ਕਿ ਜਿੰਨੀ ਦੇਰ ਤੱਕ ਅੰਦਰੋਂ ਸਹਿਰਦਤਾ ਪੈਦਾ ਨਹੀਂ ਹੁੰਦੀ ਹਾਲਾਂਕਿ ਐਕਚੁਅਲੀ ਦੋਵਾਂ ਦੇ ਵਿੱਚ ਇਹ ਚੀਜ਼ ਹੈਗੀ ਹੈ ਦੋਵੇਂ ਪਾਸੇ ਦੋਵੇਂ ਪਾਸੇ ਇਹ ਚੀਜ਼ ਹੈਗੀ ਆ ਉਹਨਾਂ ਨੇ ਵੀ ਡਾਰਿਆ ਇਹਨਾਂ ਨੂੰ ਵੀ ਡਾਰਿਆ ਇੱਕ ਫਿਰ ਉਹ ਜਿਵੇਂ ਪੋਲਿਟਿਕਸ ਹੁੰਦੀ ਹੈ ਕਿਸੇ ਵੀ ਕੰਟਰੀ 'ਚ ਇਹ ਹੁੰਦਾ ਜੇ ਕੋਈ ਪੋਲੀਟਿਸ਼ੀਅਨ ਚਾਹੇ ਵੀ ਕਿ ਮੈਂ ਥੋੜਾ ਜਿਹਾ ਖੁੱਲ੍ਹਦਿਲੀ ਦਿਖਾਵਾਂ ਮੰਨ ਲਿਆ ਵੀ ਜੇ ਮੈਂ ਇਜ਼ਰਾਈਲ 'ਚ ਕੋਈ ਪੋਲੀਟਿਸ਼ੀਅਨ ਹੋਵੇ ਉਹ ਸੋਚੇ ਕਿ ਵੀ ਮੈਂ ਹੁਣ ਇਸ ਮਸਲੇ ਦਾ ਹੱਲ ਕੱਢਣਾ ਪੱਕੇ ਤੌਰ ਤੇ ਕੁਝ ਲਾਇਦੇ ਕੀ ਗੱਲ ਨਿਬੜਦੀ ਹੁੰਦੀ ਹੈ ਮੈਂ ਪੈਲਸਟੀਨੀਅਨ ਦਾ ਵੀ ਰਾਈਟ ਮੰਨ ਲਵਾਂ ਤਾਂ ਇਹ ਪੋਲੀਟਿਕਸ ਉਥੇ ਲੋਕਲ ਲੋਕਲੀ ਐਕਸੈਪਟੇਬਲ ਨਹੀਂ ਹੁੰਦੀ ਫਿਰ ਦੂਜੀਆਂ ਜਿਹੜੀਆਂ ਪਾਰਟੀਆਂ ਨੇ ਉਹ ਹੋਰ ਗਰਮ ਕਰਨ ਦੀ ਨਹੀਂ ਇਹ ਤੇ ਇਹ ਤੇ ਜਿਵੇਂ ਕੰਟਰੀ ਨਾਲ ਧੋਖਾ ਕਰ ਰਿਹਾ ਗਦਾਰ ਗਦਾਰੀ ਕਰ ਰਿਹਾ ਐਦਾਂ ਦੀ ਪੋਲਿਟਿਕ ਸ਼ੁਰੂ ਹੋਏਗੀ ਉੱਥੇ ਹਰ ਦੁਨੀਆ ਚਾਹੀ ਹੁੰਦਾ ਦੁਨੀਆ ਦੇ ਹਰ ਖੇਤੇ ਚ ਸ਼ਮੀਲ ਦੀ ਮਸਲੇ ਜਿਹੜੇ ਨੇ ਉਹ ਲਿਬਰਲ ਜਾਂ ਥੋੜੀ ਜੀ ਓਪਨ ਮਾਈਂਡ ਸੈਟਮੈਂਟਾ ਹੁੰਦੇ ਪਰ ਦੋਵੇਂ ਪਾਸੇ ਜਿਹੜੇ ਹਾਰਡਲਾਈਨਰਸ ਜਿਹੜੇ ਨੇ ਉਹ ਟਫ ਪੋਜੀਸ਼ਨ ਲੈਂਦੇ ਨੇ ਜਿਵੇਂ ਇੱਧਰ ਇਹਨਾਂ ਦੀ ਫਲਸਤੀਨੀਆਂ ਦੀ ਸਾਈਡ ਹੈ ਜਿਹੜੀ ਯਾਸਰ ਰਫਾਤ ਵਾਲੀ ਲਾਈਨ ਸੀ ਉਹਨੂੰ ਹਮਾਸ ਵਾਲੇ ਨੇ ਹਾਂ ਜੀ ਹਾਂ ਕਿ ਹਾਲਾਂਕਿ ਯਾਸਰ ਅਰਾਫਾਤ ਦੀ ਜਿਹੜੀ ਪੀਐਲਓ ਸੀ ਕਿਸੇ ਸਮੇਂ ਟੈਰਰਿਸਟ ਆਰਗੇਨਾਈਜੇਸ਼ਨ ਸੀਗੀ ਹਾਂ ਜੀ ਪਰ ਦਨ ਦੇ ਉਹ ਵੀ ਜਿਹੜੇ ਨੇ ਉਹ ਗੱਲਬਾਤ ਵਾਲੇ ਟੇਬਲ ਤੇ ਆਏ ਨੇ ਗੱਲਬਾਤ ਕੀਤੀ ਨੇ ਹਣਾ ਪਰ ਉਹ ਜਿਹੜੇ ਹਾਲਾਂਕਿ ਇਹਦੇ ਵਿੱਚ ਕਦੀ ਕਲੈਰਿਟੀ ਨਹੀਂ ਹੋਈ ਕਿ ਉਹਨਾਂ ਨੇ ਆਫਰ ਕੀ ਕੀਤੀ ਹੈ ਤੇ ਜਿਹੜੇ ਵਿੱਚ ਸਾਲਸੀ ਵੀ ਕੀਤੀ ਉਹਨਾਂ ਨੇ ਪੈਲਸਟਿਨIANS ਕੀ ਆਫਰ ਕੀਤਾ ਕਿਉਂਕਿ ਇਹਦੇ ਬਾਰੇ ਹਮੇਸ਼ਾ ਕੁਐਸਚਨ ਮਾਰਕਸ ਰਹਿੰਦੇ ਕਿ ਪੈਲਸਟਿਨIANS ਨੂੰ ਐਕਸੈਪਟੇਬਲ ਸੀਗਾ ਕਿ ਨਹੀਂ ਸੀਗਾ ਯਾਸਰ ਅਰਾਫਾਤ ਦੇ ਜਦੋਂ ਕੈਂਪ ਡੇਵਿਡ ਕਾਰਡ ਹੋਇਆ ਵਾ ਇਵਨ ਬਿਲ ਕਲਿੰਟਨ ਵੇਲੇ ਲਾਸਟ ਟਾਈਮ ਜਦੋਂ ਸੀਗਾ ਤੇ ਉਦੋਂ ਸਾਰਾ ਕੁਝ ਹੋਣ ਦੇ ਬਾਅਦ ਉਹਦੀ ਯਾਸਰ ਅਰਾਫਾਤ ਲਾਸਟ ਜਿਹੜੀ ਮੂਵਮੈਂਟ ਤੇ ਸੀ ਬੈਕ ਆਊਟ ਤੇ ਕਿਸੇ ਵੇਲੇ ਗੱਲ ਮਸ਼ਹੂਰ ਵੀ ਹੋ ਗਈ ਸੀ ਕਿ ਯਾਸਰ ਅਰਾਫਾਤ ਨੈਵਰ ਲੂਜ਼ਸ ਐਨ ਅਪਰਚੂਨਿਟੀ ਟੂ ਲੂਜ਼ ਐਨ ਅਪਰਚੂਨਿਟੀ ਹਮ ਸਮੱਸਿਆ ਇਹ ਉਹਦੀ ਹੈ ਕਿ ਜਦੋਂ ਵੀ ਉਹਨਾਂ ਨੂੰ ਚੀਜ਼ ਕੋਈ ਆਫਰ ਕੀਤੀ ਗਈ ਹੈ ਉਹਨਾਂ ਨੇ ਪ੍ਰੋਬੇਬਲੀ ਉਹਨਾਂ ਨੂੰ ਨਹੀਂ ਐਕਸੈਪਟੇਬਲ ਸੀਗੀ ਹੋ ਸਕਦਾ ਉਹਨਾਂ ਦੇ ਆਪ ਨੇ ਕਾਰਨ ਹੋਣ ਇਹਦੇ ਵਿੱਚ ਤੇ ਕੋਈ ਸ਼ੱਕ ਵਾਲੀ ਗੱਲ ਨਹੀਂ ਪਰ ਜਦੋਂ ਉਹਨਾਂ ਨੂੰ ਦੂਜੀ ਵਾਰੀ ਚੀਜ਼ ਮਿਲੀ ਉਹਨਾਂ ਨੇ ਜੋ ਪਹਿਲੀ ਵਾਰੀ ਮਿਲਦਾ ਸੀ ਉਹ ਤੋਂ ਘਟਾ ਕੇ ਮਿਲਦਾ ਸੀਗਾ ਹੈ ਨਾ ਜੀ ਉਹਨਾਂ ਬਾਮਾ ਨੇ ਆਪਣੀ ਮੈਮੋਇਰਸ ਵਿੱਚ ਲਿਖਿਆ ਸੀਗਾ ਕਿ ਇਸ ਖੇਤੇ ਦੇ ਵਿੱਚ ਇਹਨਾਂ ਦੋਵਾਂ ਦੇ ਵਿੱਚ ਪੀਸ ਹੋਣਾ ਪੋਸੀਬਲ ਨਹੀਂ ਹੈ ਕਿਉਂਕਿ ਇੱਕ ਸਾਈਡ ਜਿਹੜੀ ਹੈ ਬਹੁਤ ਜ਼ਿਆਦਾ ਤਗੜੀ ਹੈ ਤੇ ਇੱਕ ਸਾਈਡ ਦੇ ਵਿੱਚ ਕੁਝ ਨਹੀਂ ਹੈਗਾ ਸੋ ਜਦੋਂ ਇੱਕ ਜਣਾ ਬਹੁਤ ਤਗੜਾ ਵਾ ਉਹਦੀ ਪਿੱਠ ਤੇ ਵੀ ਬਹੁਤ ਹੈਗੇ ਨੇ ਤੇ ਉਹਦੇ ਵਿੱਚ ਜਿਹੜੀ ਦੂਜੀ ਸਾਈਡ ਵਾਸਤੇ ਜਿਹੜੀਆਂ ਨੇ ਕੰਸੈਸ਼ਨਸ ਜਿਹੜੇ ਨੇ ਉਹ ਬੜੇ ਲਿਮਟਿਡ ਰਹਿ ਨੇ ਤੇ ਹਰ ਵਾਰੀ ਜਿਹੜੇ ਨੇ ਉਹ ਘਟਦੇ ਜਾਂਦੇ ਔਰ ਇਸ ਸਿਚੁਏਸ਼ਨ ਨੂੰ ਕੰਪਲਿਕੇਟ ਕਰ ਦਿੱਤਾ ਹੋਇਆ ਜਿਹੜੇ ਰਿਲੀਜੀਅਸ ਫੇਥ ਨੇ ਕਿ ਹਰ ਕੋਈ ਕਿਸੇ ਨੂੰ ਨੂੰ ਮਤਲਬ ਆਪਣੀ ਆਰਗੂਮੈਂਟ ਰਿਲੀਜੀਅਸ ਫੇਥ ਤੋਂ ਲੱਭ ਰਿਹਾ ਜੀ ਵੀ ਇਹ ਵੀ ਇੱਕ ਪ੍ਰੋਬਲਮ ਹੈ ਨਾ ਹੈ ਹੀ ਹੈ ਜੀ ਹੁਣ ਤੁਸੀਂ ਦੇਖੋ ਜੇ ਕਰੰਟ ਜਿਹੜੀ ਚੀਜ਼ ਦੇਖੋ ਰਾਬਿੰਦਰੀ ਦੇਥ ਤੋਂ ਬਾਅਦ ਮਿਲ ਕੇ ਜਦੋਂ ਆਪਣਾ ਕਰੰਟ ਜਿਹੜਾ ਰਜਿਮ ਹੈ ਮੈਂ ਨਾ ਨਤਨ ਯਾਹੂ ਜਦੋਂ ਪਾਵਰ ਦੇ ਵਿੱਚ ਆਇਆ ਵਾ ਹਨਾ ਸੋ ਉਹਦੀ ਤਾਂ ਪਹਿਲਾਂ ਹੀ ਹਾਰਡ ਲਾਈਨ ਹੈਗੀ ਸੀ ਕਿ ਵੀ ਡੋਨਟ ਅਸੀਂ ਨਹੀਂ ਮੰਨਦੇ ਹਾਲਾਂਕਿ ਉਹ ਕਹੀ ਜਾਂਦੇ ਨੇ ਕਿ ਮੂੰਹ ਤੋਂ ਕੀ ਟੂ ਨੇਸ਼ਨ ਨੂੰ ਮੰਨਦੇ ਬਟ ਇਟਸ ਓਨਲੀ ਵਨ ਨੇਸ਼ਨ ਰਾਈਟ ਹੁਣ ਜਦੋਂ ਪਰ ਜਦੋਂ ਤੇ ਕਰਪਸ਼ਨ ਦੇ ਚਾਰजेस ਪਿਛਲੇ 2-4 ਸਾਲਾਂ ਦੇ ਵਿੱਚ ਜਿਹੜੇ ਨੇ ਹਿਊਜ ਕਰਪਸ਼ਨ ਲੱਗੀ ਹਨਾ ਉਦੀ ਡੋਮੈਸਟਿਕ politics ਜਿਹੜੀ ਨੀਬੜੀ ਹੈ ਉਹ ਆਰ ਚਲੀ ਗਈ ਆ ਸੁਪਰੀਮ ਕੋਰਟ ਤੇ ਨੇ ਅਟੈਕ ਕੀਤੇ ਨੇ ਹਾਲਾਂਕਿ ਲੋਕ ਵੀ ਉਹਦੇ ਇਸ ਜਿਹੜੇ ਐਕਸ਼ਨ ਸੀਗੇ ਇਹਨਾਂ ਦੇ ਅਗੇਂਸਟ ਉੱਠੇ ਨੇ ਪਰ ਜਿਹੜੀ ਹੁਣ ਆ ਗਵਰਨਮੈਂਟ ਆ ਇਹਦੇ ਵਿੱਚ ਹਾਰਡਲਾਈਨਰਸ ਦੀ ਬਹੁਤ ਬਤਾਰ ਹੈ ਕਿ ਹਾਰਡਲਾਈਨਰਸ ਜਿਹੜੇ ਨੇ ਦੇ ਡੋਨਟ ਵਾਂਟ ਗਿਵ ਇਨ ਐਨ ਇੰਚ ਟੂ ਪੈਲੇਸਟਾਈਨ ਰਾਈਟ ਸੋ ਉਹਨਾਂ ਨੇ ਕੀ ਕੀਤਾ ਕਿ ਜਿਹੜੀਆਂ ਪੁਸ਼ ਕਰਨੀਆਂ ਸ਼ੁਰੂ ਕਰਤੀਆਂ ਸੈਟਲਮੈਂਟਸ ਜਿਹੜੀਆਂ ਇਨਕਰੀਜ਼ ਕਰਨੀਆਂ ਸ਼ੁਰੂ ਕਰਤੀਆਂ ਔਰ ਇਹਦੇ ਵਿੱਚ ਕਈ ਵਾਰ ਮੈਂ ਵੀ ਵੇਖਦਾ ਕਿ ਹੱਥ ਜਿਹੜਾ ਪਿਛਲੀ ਵਾਰੀ ਜਦੋਂ 트럼ਪ ਪ੍ਰੈਜ਼ੀਡੈਂਟ ਸੀਗਾ ਉਹਦਾ ਵੀ ਕਾਫੀ ਰੋਲ ਰਹਾ ਜਦੋਂ when he ਐਕਸੈਪਟਡ ਕਿ ਜਰੂਸਲਮ ਜਿਹੜਾ ਵਾ ਸਾਰਾ ਇਜ਼ਰਾਇਲ ਦਾ ਕਿਉਂਕਿ ਜਰੂਸਲਮ ਵੀ ਕੰਟੈਂਸਿਅਸ ਸੀਗਾ ਫਿਰ ਉਹਨੇ ਕਿਹਾ ਕਿ ਸੈਟਲਮੈਂਟਸ ਜਿਹੜੀਆਂ ਨੇ ਉਹ ਸਾਰੀਆਂ ਉਹਨਾਂ ਨੂੰ ਰਾਈਟ ਹੈਗਾ ਉਹ ਉਹਨਾਂ ਦੀਆਂ ਨੇ ਯੂ ਜਸਟ ਗੋ देयर ਜੋ ਵੀ ਤੁਹਾਡੇ ਕੋਲ ਹੈਗਾ ਉਹਨਾਂ ਨੂੰ ਐਕਸੈਪਟ ਕਰ ਲਓ ਫਿਰ ਜਿਹੜੀ ਯੂਐਸ ਅੰਬੈਸੀ ਕਿਸੇ ਵੇਲੇ ਤਲਵੀਦ ਦੇ ਵਿੱਚ ਸੀਗੀ ਉਹ ਵੀ ਉਹਨਾਂ ਨੇ ਜਿਹੜੀ ਜਰੂਸਲਮ ਦੇ ਵਿੱਚ ਐਕਸੈਪਟ ਕਰਦੀ। ਹੁਣ ਜਿਹੜੀਆਂ ਨੇ ਜਦੋਂ ਇਹ ਚੀਜ਼ਾਂ ਹੋ ਜਾਂਦੀਆਂ ਨੇ ਉਤੋਂ ਤੋਂ ਪਿੱਛੇ ਆਉਣਾ ਜਿਹੜਾ ਵਾ ਉਹ ਬੜਾ ਟਫ ਹੈ। ਪਰ ਇਥੋਂ ਵੇ ਫਾਰਵਰਡ ਕੀ ਹੈ? ਤੁਸੀਂ ਕਿੰਨਾ ਕੁ ਜਿਹੜਾ ਵਾ ਕਿੱਥੇ ਜਾ ਕੇ ਜਿਹੜਾ ਸਮਝੌਤਾ ਹੋਊਗਾ। ਹੁਣ ਇਹ ਚੀਜ਼ ਇੰਨੀ ਕੁ ਉਲਝ ਚੁੱਕੀ ਆ ਇੰਨੀ ਕੁ ਗੰਦਲਾ ਹੋ ਚੁੱਕਿਆ ਮਾਣੀ ਇਹਦੇ ਵਿੱਚ ਜੇ ਉਹਨਾਂ ਨੇ ਹਾਰਡ ਪੋਜੀਸ਼ਨ ਲਈ ਹੋਈ ਉਹ ਕਿੱਥੋਂ ਵਾਪਸ ਆਉਣਗੇ? ਜੇ ਵਾਪਸ ਆਉਂਦੇ ਨੇ ਇੱਕ ਵਾਰ ਹਾਰਡ ਪੋਜੀਸ਼ਨ ਲੈ ਕੇ ਫਿਰ ਉਹਨਾਂ ਦੇ ਆਪਣੇ ਜਿਹੜਾ ਬੇਸ ਆ ਉਹਦੇ 'ਚ ਬੇਇਜ਼ਤੀ ਬੇ ਦੋ ਪਾਸੇ ਜਿਹੜੇ ਉਹ ਜਿਹੜੇ ਹਾਰਡਲਾਈਨਰਸ ਨੇ ਇਜ਼ਰਾਇਲ ਦੇ ਵਿੱਚ ਉਹ ਉਹਨਾਂ ਨੂੰ ਅਲਾਉ ਨਹੀਂ ਕਰਦੇ ਉਹ ਕਹਿੰਦੇ ਵੀ ਨਹੀਂ ਅਸੀਂ ਮੰਨਦੇ ਉਹ ਤਾਂ 67 ਦੀਆਂ ਬਾਉਂਡਰੀਜ਼ ਨਹੀਂ ਬੰਦਦੇ ਪਰ ਹੁਣ ਜਦੋਂ ਜਰੂਸਲਮ ਸਾਰਾ ਉਹਨਾਂ ਕੋਲ ਆ ਗਿਆ ਵਾ ਐਮਬੈਸੀਜ਼ ਉੱਥੇ ਉਹਨਾਂ ਨੇ ਸ਼ਿਫਟ ਕਰ ਲੀਆਂ ਨੇ ਵੈਸਟ ਬੈਂਕ ਦੇ ਵਿੱਚ ਜਿਹੜੀ ਆ ਕਿ ਸੈਟਲਮੈਂਟਸ ਇੰਦੀਆਂ ਨੇ ਕਰ ਲੀਆਂ ਨੇ ਤੇ ਉਹ ਉੱਥੋਂ ਵਾਪਸ ਹੋਣਾ ਵਾਸਤੇ ਉਹਨਾਂ ਜਿਹੜਾ ਉਹ ਬਹੁਤ ਔਖਾ ਹੋਣ ਵੀ ਜਿਹੜੀ ਗਾਜ਼ਾ ਦੇ ਵਿੱਚ ਵੀ ਜੋ ਆ ਕਿ ਦੇ ਆਰ ਟ੍ਰਾਈਂਗ ਟੂ ਪੁਸ਼ देम ਆਊਟ ਕਿ ਇੱਥੋਂ ਜਿਹੜੇ ਵੀ ਨਿਕਲ ਜਾਣ ਜਿੱਦਾਂ ਕਹਿੰਦੇ ਆ ਕਿ ਸੈਨਾਈ ਦੇ ਵਿੱਚ ਚਲੇ ਜਾਓ ਤੁਸੀਂ ਹਨਾ ਪਰ ਜੇ ਉੱਥੋਂ ਵੀ ਚੱਲ ਗਿਆ ਤਾਂ ਫਿਰ ਵਾਪਸੀ ਕਿੱਥੋਂ ਇਹ ਤਾਂ ਕਹਾਣੀ ਹੈਗੀ ਬਹੁਤ ਡੀ ਹਾਂਜੀ ਇਹਦਾ ਤੇ ਕੋਈ ਹੱਲ ਉੱਥੇ ਲੱਗਦਾ ਨਹੀਂ ਹੈ ਪਰ ਹੁਣ ਫਿਕਰ ਇਹ ਹੈ ਕਿ ਇਹਦਾ ਬਾਕੀ ਦੁਨੀਆ ਤੇ ਜੋ ਅਸਰ ਪੈਂਦਾ ਉਹ ਥੋੜੀ ਜੀ ਗੱਲ ਹੁਣ ਅਸੀਂ ਉਸ ਤੇ ਕਰਨਾ ਚਾਹੁੰਦੇ ਹਾਂ ਕਿਉਂਕਿ ਜੇ ਪ੍ਰੋਬਲਮ ਸਿਰਫ ਉਸ ਖਿੱਤੇ ਤੱਕ ਹੀ ਸੀਮਤ ਹੁੰਦੀ ਸ਼ਾਇਦ ਯੂ نو ਫਿਰ ਵੀ ਇਹ ਮੈਨੇਜੇਬਲ ਸੀ ਪਰ ਇਹਦਾ ਹੁਣ ਇੰਪੈਕਟ ਜੋ ਗਲੋਬਲ ਪੋਲਿਟਿਕਸ ਤੇ ਪੈਂਦਾ ਉਹ ਇੱਕ ਕਨਸਰਨ ਹੈ ਉਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਗੱਲਬਾਤ ਸਾਡੀ ਜਾਰੀ ਹੈ ਪਿਛੇ ਵਾਲਾ ਤੇ ਜਿੱਦਾਂ ਹੁਣ ਹਿਸਟਰੀ ਫਰੋਲੀਏ ਹਿਸਟਰੀ ਤੋਂ ਸ਼ਾਇਦ ਇਹਦਾ ਹੱਲ ਨਾ ਕੋਈ ਨਜ਼ਰ ਆਏ ਇਹ ਤੇ ਬਹੁਤ ਉਲਝੀ ਹੋਈ ਕਹਾਣੀ ਐ ਤੇ ਹੁਣ ਜਿਹੜੀ ਕਰੰਟ ਸਿਚੁਏਸ਼ਨ ਐ ਜਿਵੇਂ ਕੁਝ ਦੋਸਤਾਂ ਦੇ ਮੇਰੇ ਕੋਲ ਮੈਸੇजेस ਨੇ ਵੀ ਹੁਣ ਤਾਂ ਇਹ ਹਮਾਸ ਨੇ ਵਿਗਾੜੀ ਐ ਜਦੋਂ ਉਹਨਾਂ ਨੇ ਹੁਣ ਅਟੈਕ ਕੀਤਾ ਇੰਨੇ ਬੰਦੇ ਮਾਰੇ ਇੱਕ ਸਵਾਲ ਤਾਂ ਮੇਰੇ ਕੋਲ ਇਹ ਵੀ ਸੀ ਵੀ ਜੇ ਕੈਨੇਡਾ ਤੇ ਇਦਾਂ ਕਿਸੇ ਨੇ ਅਟੈਕ ਕੀਤਾ ਹੋਏ ਤੁਹਾਡੇ 1000 2000 ਬੰਦਾ ਫੈਮਲੀਆਂ ਮਾਰੀਆਂ ਹੋਣ ਤੇ ਕੈਨੇਡਾ ਕਿਵੇਂ ਰੈਐਕਟ ਕਰੇਗਾ ਤੇ ਇਹ ਜਿਹੜੀ ਕਰੰਟ ਸਿਚੁਏਸ਼ਨ ਹੈ ਹੁਣ ਇਹਦੇ ਇਹਦੇ ਵਿੱਚ ਫਿਰ ਕਿਹਨੂੰ ਦੋਸ਼ ਦੇ ਬੰਦਾ ਇਹ ਵੀ ਇੱਕ ਅ ਸਵਾਲ ਉੱਠ ਰਿਹਾ ਅ ਸ਼ਮੀਲੀ ਕਈ ਚੀਜ਼ਾਂ ਦੇ ਜਵਾਬ ਜਿਹੜੇ ਨਾ इमोशनल ਹੋ ਕੇ ਮੇਰੇ ਖਿਆਲ ਨਹੀਂ ਲਈ ਜਾਂਦੇ ਜੇ ਕਹਵੇ ਕਿ ਸਾਨੇ ਥਾਂ ਤੇ ਹਮਲਾ ਕੀਤਾ ਤੇ ਕਿੱਦਾਂ ਰਿਐਕਟ ਕਰੂਗਾ ਚਲੋ ਮੈਂ ਕਹਿੰਦਾ ਤੁਸੀਂ ਲੇਟੈਸਟ ਐਗਜ਼ਾਮਪਲ ਆਪਾਂ ਲੈਨੇ ਆ ਜਿਹੜਾ ਟਵਿੰ ਟਾਵਰਸ ਤੇ ਹੋਇਆ ਸੀ ਹਾਂ ਯੂਐਸ ਨੇ ਅਫਗਾਨਿਸਤਾਨ ਦੇ ਵਿੱਚ ਕੈਂਪੇਨ ਚਲਾਈ ਜੀ ਦੇ ਬੌਮਡ ਅਫਗਾਨਿਸਤਾਨ ਅੱਜ 20 ਸਾਲ 22 ਸਾਲ ਬਾਅਦ ਰਹਿ ਕਿਤੇ ਖਾਲੀਅਤ ਵਾਪਸ ਮੁੜਿਆ ਤਾਲਿਬਾਨ ਫੇਰ ਉੱਥੇ ਆ ਗਏ ਨੇ ਤਾਂ ਥਿੰਕ ਹੀ ਸੈਡ ਵਾਟ ਯੂ ਗੇਨ ਆਊਟ ਆਫ ਥੈਟ ਬਿਲਕੁਲ ਹਨਾ ਉਹੀ ਚੀਜ਼ ਜਿਹੜੀ ਆ ਉਹਨਾਂ ਤੇ ਹੁੰਦੀ ਆ ਤੁਸੀਂ ਗਾਜ਼ਾ ਨੂੰ ਬੰਬ ਆਊਟ ਕਰਨਾ ਕਰ ਦਿਓ ਠੀਕ ਹੈ ਕਿੰਨੇ ਕੁ ਮਾਰਦੇ ਗਏ ਰਾਜਪੁਰ 14 15000 ਮਾਰ ਗਿਆ ਹੋਰ ਲੱਖ ਮਾਰਦੇ ਕਿ ਦੋ ਮਾਰਦੇ ਕੋ ਸੋ ਥੈਨ ਉੱਥੇ ਉਸ ਕਿਤੇ ਵਿੱਚ 6 7 ਮਿਲੀਅਨ ਪੈਲੇਸਟਿਨੀਆਂ ਰਹਿ ਰਹੇ ਆ ਤੁਸੀਂ ਜਿਹੜੇ ਇਹਦੇ ਵਿੱਚ ਵੀ ਤੁਸੀਂ ਦੇਖਿਓ ਕਿ ਅਗਲੀ ਜਨਰੇਸ਼ਨ ਜਿਹੜੀ ਆ ਕੋਈ ਨਾ ਕੋਈ ਜਿਹੜੀ ਉਹਨਾਂ ਦੀ ਤਿਆਰ ਹੋ ਜਾਊਗੀ ਈ ਜਿਹੜੇ ਹਮਸਤੋਂ ਵੀ ਹੋ ਸਕਦਾ ਡੈਡਲੀ ਹਾਂ ਹਾਂ ਬਿਲਕੁਲ ਸੋ ਇਹਦੇ ਨਾਲ ਤੁਸੀਂ ਕਰ ਨਹੀਂ ਸਕਦੇ ਹਨਾ ਅ ਰਿਸਪਾਂਸ ਜਿਹੜਾ ਸੀਗਾ ਟਰੋਰ ਐਕਟ ਇਜ਼ ਅ ਟਰੋਰ ਐਕਟ ਹਨਾ ਬਟ ਜਿਹੜੀ ਹੈ ਜੇ ਮੈਨੂੰ ਲੱਗਦਾ ਵੀ ਹਰ ਇੱਕ ਚੀਜ਼ ਨੂੰ ਤੁਹਾਨੂੰ ਸਟੇਟਮੈਂਟ ਨੂੰ ਕੁਆਲੀਫਾਈ ਕਰਨਾ ਵੀ ਵਾਈ ਵਾਈ ਸਮਥਿੰਗ ਇਜ਼ ਹੈਪਨਿੰਗ ਹਨਾ ਜੇ ਤੁਸੀਂ ਉਹ ਕਰਦੇ ਹੋ ਤੇ ਫੇਰ ਜਿਹੜੀਆਂ ਤੁਹਾਨੂੰ ਜਿਹੜੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਨੇ ਹਨਾ ਹਨਾ ਤੁਸੀਂ ਐਨਾਲੋਜੀ ਜਿਹੜੀ ਆ ਕਿਤੇ ਨਾ ਕਿਤੇ ਰੱਖੋ ਕਿਤੇ ਜਾਂ ਤਾਂ ਤੁਸੀਂ ਸਾਰੀ ਚੀਜ਼ ਯੂਨੀਫਾਰਮ ਕਰੋ ਜਾਂ ਕਿਤੇ ਵੀ ਕੁਝ ਨਾ ਕਰੋ ਫੇਰ ਗੱਲ ਹੈ ਹਣਾ ਜੀ ਹੁਣ ਇਰਾਕ ਦੇ ਵਿੱਚ ਤੁਸੀਂ ਕਹਿੰਦੇ ਸੀਗੇ ਜੀ ਵੈਪਨਸ ਆਫ ਮਾਸ ਡਿਸਟਰਕਸ਼ਨ ਇਹ ਤੋਂ ਵੱਡਾ ਝੂਠ ਜਿਹੜਾ ਵਾ ਦੁਨੀਆ ਦੇ ਵਿੱਚ ਕੋਈ ਨਹੀਂ ਸੀਗਾ ਹੂੰ ਹੂੰ ਕੀ ਹੋਇਆ ਉੱਥੇ 1 ਮਿਲੀਅਨ ਬੰਦਾ ਮਾਰ ਗਿਆ ਯੂ ਕ੍ਰੀਏਟਿਡ ਆਈਸਿਸ ਬਿਲਕੁਲ ਰਾਈਟ ਫਿਰ ਆਈਸਿਸ ਨੂੰ ਕਰਨ ਵਾਸਤੇ ਤੁਸੀਂ ਫੇਰ ਉੱਥੇ ਪਹੁੰਚ ਗਏ ਤੁਸੀਂ ਇੱਕ ਚੀਜ਼ ਨੂੰ ਖਤਮ ਕਰੋ ਜਿਹੜੀ ਹੈ ਹੀ ਨਹੀਂ ਸੀਗੀ ਹੁਣ ਤੁਸੀਂ ਅੱਜ ਕਹੀ ਜਾਓ ਕਿ ਡਿਸਪੋਰਟ ਸੀਗਾ ਟਾਇਟੋਕਰੇਟ ਸੀਗਾ ਤੇ ਇਹ ਤਾਂ ਕੋਈ ਚੀਜ਼ ਹਜਮ ਨਹੀਂ ਨਾ ਜਿਹਤੂ ਮਿਲ ਕੇ ਬੰਦਾ ਮਾਰ ਨਾਲ ਇਹਨਾਂ ਦੀ ਦੋਸਤੀ ਹੈ ਹਾਂ ਇਹ ਜਿਹੜੇ ਬੜੇ ਨੇ ਡਿਕਟੇਟਰ ਤੁਸੀਂ ਆਪੇ ਪ੍ਰੋਪਪੀਤਨੇ ਆ 1 ਮਿਲੀਅਨ ਬੰਦਾ ਮਾਰਦਾ ਤੁਸੀਂ ਆਈਸਿਸ ਕ੍ਰੀਏਟ ਕਰ ਦਿੱਤੀ ਉੱਥੇ ਲੋਕਾਂ ਦੀਆਂ ਧੌਣਾਂ ਲਾਤੀਆਂ ਉਹਨਾਂ ਨੇ ਫਿਰ ਤੁਸੀਂ ਕਹੋ ਤੇਰਰਿਸਟ ਓਰਗੇਨਾਈਜੇਸ਼ਨਸ ਨੇ ਯੂ ਜਸਟ ਕੈਨਟ ਹੈਵ ਯਰ ਕੇਕ ਐਂਡ ਈਟ ਇਟ ਟੂ ਰਾਈਟ ਸੋ ਜੀਡੀ ਜੇ ਜੇ ਯੂਨ ਦਾ ਰੈਜ਼ੋਲੂਸ਼ਨ ਹੈਗਾ ਸੀਗਾ ਕਿ ਇੱਥੇ ਟੂ ਸਟੇਟਸ ਹੋਣੀਆਂ ਚਾਹੀਦੀਆਂ ਨੇ ਤੇ ਉਹਦੇ ਤੇ ਅਮਲ ਕਿਉਂ ਨਹੀਂ ਕੀਤਾ ਗਿਆ ਦੋਵਾਂ ਦਾ ਹੀ ਹੱਕ ਬੰਦਾ ਜੇ ਇਜ਼ਰਾਈਲ ਦਾ ਹੱਕ ਬੰਦਾ ਆ ਕਿ ਜੀਓ ਦੀ ਰੈਕੋਗਨਾਈਜ਼ ਕੀਤੀ ਆ ਤੇ ਪੈਲੇਸਟਾਈਨ ਦਾ ਵੀ ਤੇ ਉਹਨਾਂ ਹੀ ਹੱਕ ਬੰਦਾਣਾ ਜੀ ਉਹਨਾਂ ਨੂੰ ਵੀ ਇੱਕ ਘਰ ਚਾਹੀਦਾ ਹੈ। ਸੋ ਕਿਤੇ ਨਾ ਕਿਤੇ ਆ ਵੀ ਲੱਗਦਾ ਕਿ ਜਿਹੜੇ ਜਿਹੜੀ ਇਹ ਵੈਸਟਰਨ ਸਟੇਟਸ ਨੇ ਇਹਨਾਂ ਤੇ ਅੰਦਰ ਖਾਤੇ ਜਿਹੜਾ ਇਜ਼ਰਾਈਲ ਦਾ ਇਨਫਲੂਐਂਸ ਬਹੁਤ ਜ਼ਿਆਦਾ। ਅ ਵੀ ਸ਼ਮिली ਉਹ ਇਹ ਮੈਨੂੰ ਲੱਗਦਾ ਲ lobby ਦੇ ਨਾਲੋਂ ਮੈਨੂੰ ਨਹੀਂ ਲੱਗਦਾ ਕਿ ਲobbies ਠੀਕ ਹੈ ਚੱਲਦੀ ਹੈ ਲਾਬਿੰਗ ਚੱਲਦੀ ਆ ਨਾ। ਹਮਮ। ਪਰ ਮੈਨੂੰ ਲੱਗਦਾ ਵੀ ਇਹ ਕਿਤੇ ਨਾ ਕਿਤੇ ਵੈਸਟ ਦੀ ਗਿਲਟ ਜਿਹੜੀ ਹੈ ਨਾ ਉਹ 홀ੋਕਾਸਟ ਵਾਲੇ ਯੁੱਗ ਤੇ ਪਾਸੇ ਜਿਹੜੀ ਉਹ ਜਾ ਨਹੀਂ ਜਿਹੜੇ ਜਦੋਂ ਜਿਉਜ਼ ਨਾਲ ਜੋ ਕੁਝ ਹੋਇਆ ਉਹ ਜਿਹੜਾ ਅੰਦਰੋਂ ਅੰਦਰ ਹੀ ਇੱਕ ਅਹਿਸਾਸ ਹੈ ਵੀ ਮਾੜਾ ਅਸੀਂ ਕੀਤਾ ਸੀ ਜਾਂ ਜਾਂ ਇੱਕ ਧਰਨਾ ਕੀਤਾ ਹੁਣ ਤੁਸੀਂ ਹੁਣ ਹੁਣ ਵੀ ਲਾ ਲਓ ਤੁਸੀਂ ਕਿ ਕਿੰਨੇ ਜਿਹੜੇ ਵੋਕਲ ਕੰਟਰੀਜ਼ ਨੇ ਕਿਹੜੇ ਕਿਹੜੇ ਨੇ ਇਜ਼ਰਾਈਲ ਦੇ ਐਕਸ਼ਨ ਤੇ ਯੂਕੇ ਆ ਤੁਹਾਡਾ ਯੂਐਸਏ ਆ ਫਰਾਂਸ ਟੂ ਸਮ ਐਕਸਟੈਂਡ ਐਂਡ ਜਰਮਨੀ ਬਾਕੀ ਯੂਰਪ ਜਿਹੜਾ ਉਹ ਕਹਿੰਦਾ ਸੀਜ਼ ਫਾਇਰ ਹੋਣਾ ਚਾਹੀਦਾ ਸਾਰਾ ਤੁਹਾਡਾ ਬ੍ਰਿਕਸ ਨੇ ਕੱਲ ਕਿਹਾ ਹੈ ਕਿ ਐਕਸੈਪਟ ਤੁਸੀਂ ਜਿਹੜਾ ਸੀਜ਼ ਫਾਇਰ ਕਰੋ ਇਮੀਡੀਏਟਲੀ ਅਨ ਕੰਡੀਸ਼ਨਲ ਰਾਈਟ ਸੋ ਇਹ ਹੀ ਕੰਟਰੀ ਸੀ ਜਿਹੜੇ ਜਿਨ੍ਹਾਂ ਨੇ ਉਦੋਂ ਜਿਊਸ ਨੂੰ ਐਕਸੈਪਟ ਨਹੀਂ ਸੀ ਕੀਤਾ ਤਾਂ ਦੇ ਵਰ ਸਮ ਹਾਉਮ ਉਹ ਇਹ ਕਹਿ ਸਕਦੇ ਨੇ ਕਿ ਚਰਚਲ ਨੇ ਜਿਹੜਾ ਸੀਗਾ ਜਰਮਨੀ ਦਾ ਡਰੈਸਟਨ ਜਿਹੜਾ ਸਾਰਾ ਤਬਾਹ ਕਰ ਦਿੱਤਾ ਕਿਉਂਕਿ ਯੂ ਕ੍ਰੀਏਟਡ ਦੋ ਸਿਚੁਏਸ਼ਨਸ ਇਹ ਤੋਂ ਡਰੈਸਟਨ ਤਬਾਹ ਕਰਕੇ ਤੇ ਸਾਰੇ ਉੱਥੇ ਜਰਮਨਸ ਮਾਰ ਦਿੱਤੇ ਨੇ ਜਿਊਸ ਨੂੰ ਬਚਾਉਣ ਵਾਸਤੇ ਪਰ ਤੁਸੀਂ ਜਿਊਸ ਆਪ ਹੀ ਤਾਂ ਤੁਸੀਂ ਸਿਚੁਏਸ਼ਨ ਜਿਹੜੀ ਕ੍ਰੀਏਟ ਕੀਤੀ ਹੋਈ ਹੈ ਹਨਾ ਸੋ ਜੇ ਹੁਣ ਐਕਚੁਅਲੀ ਜਿਹੜੀ ਇਹ ਸਿਚੁਏਸ਼ਨ ਹੈ ਹੁਣ ਮੌਕਾ ਆ ਕਿ ਇੰਨਾਂ ਦੇ ਵਿੱਚ ਸਾਰੇ ਜਣੇ ਮਿਲ ਬੈਠ ਕੇ ਜਿਹੜਾ ਵੀ ਟੂ ਨੇਸ਼ਨਸ ਜਿਹੜਾ ਜਿਹੜੀ ਉਹ ਸੋਲੂਸ਼ਨ ਸੀਗਾ ਉਹ ਅਲਟੀਮੇਟਲੀ ਤਾਂ ਮੰਨਣੇ ਪਊਗਾ ਨਾ ਕਿ ਉਹਨਾਂ ਉਹਨਾਂ ਦੀ ਵੀ ਦਾ ਵੀ ਕੁਝ ਬਣਨਾ ਚਾਹੀਦਾ ਜਿਹੜੇ ਪੈਲਸਟੀਨੀਆਂ ਨੇ ਤੇ ਨਾਲ ਨਾਲ ਜਿਹੜੀ ਪੈਲਸਟਾਈਨ ਨੇ ਉਹਨਾਂ ਨੂੰ ਵੀ ਮੰਨਣਾ ਪੈਣਾ ਹੁਣ ਕਿ ਇਹ ਵੀ ਹਾਂ ਜੀ ਇਹ ਦੋਨੋਂ ਸੈਪ ਇੱਕ ਮੰਨਣਾ ਪੈਣਾ ਕਿ ਦੋ ਸੈਪਰੇਟ ਨੇਸ਼ਨਸ ਹੋਣੀਆਂ ਇੱਕ ਨੇਸ਼ਨ ਹੁਣ ਤੁਸੀਂ ਦੇਖੋ ਕਿ ਜੇ ਵਿੱਚੋਂ ਕਾਰਡ ਜਦੋਂ ਹੋਏ ਸੀਗਾ ਨਾ ਜੇ ਸੀਗਾ ਕਿ ਜਿਹੜੀ ਪੈਲੇਸਟਾਈਨਨਾਂ ਦਾ ਅਥਾਰਟੀ ਹੋਗੀ ਥੈਟਸ ਨਾਟ ਅ ਸੋਵਰਨ ਕੰਟਰੀ ਆਟੋਨਮਸ ਤੇ ਸੋਵਰਨ ਦੇ ਵਿੱਚ ਫਰਕ ਹੈ ਜੇ ਇੱਕ ਕੰਟਰੀ ਸੋਵਰਨ ਹੋ ਸਕਦਾ ਤੇ ਦੂਜਾ ਵੀ ਸੋਵਰਨ ਹੋਣਾ ਬੰਦਾ ਇਹ ਨਹੀਂ ਕਿ ਤੁਸੀਂ ਉਹਨੂੰ ਆਟੋਨਮਸ ਕਰਦੇ ਹੋ ਤੇ ਪਰ ਉਹਦੀ ਸਿਕਿਉਰਿਟੀ ਗਾਰੰਟੀ ਜਿਹੜੀ ਆ ਉਹ ਤੁਹਾਡੀ ਹੋਵੇ ਤੁਸੀਂ ਉੱਥੇ ਫੌਜੀ ਆਪਣੇ ਮਿਠਾ ਛੱਡੋ ਥੈਟਸ ਨਾਟ ਦ ਸੋਲੂਸ਼ਨ ਦੋਵੇਂ ਮੁਲਕ ਜਿਹੜੇ ਆ ਸੋਵਰਨ ਹੀ ਹੋਣੇ ਚਾਹੀਦੇ। ਸੋ ਜੇ ਇਹ ਚੀਜ਼ ਬਾਰੇ ਜੇ ਚੱਲੂਗਾ, ਇਹ ਚੀਜ਼ ਬਾਰੇ ਬੈਠ ਕੇ ਗੱਲਬਾਤ ਹੋਊਗੀ ਤੇ ਇਸ ਖਿੱਤੇ ਦੇ ਵਿੱਚ ਜਿਹੜਾ ਵਕਤੇ ਸ਼ਾਂਤੀ ਜਿਹੜੀ ਹੋ ਸਕਦੀ ਆ। ਅਦਰਵਾਈਜ਼ ਜਿਹੜਾ ਵਾ ਵੀ ਉਹ ਫਿਰ ਇਦਾਂ ਹੀ ਹੁੰਦੇ ਰਹਿਣਗੇ, ਲੋਕ ਮਾਰਦੇ ਰਹਿਣਗੇ। ਮਾਰਦਾ ਕੌਣ ਆ ਜੀ? ਮਾਰਦੇ ਆ ਇਨੋਸੈਂਟ ਇਜ਼ਰਾਇਲੀ ਮਰੇ ਨੇ। ਆਮ ਲੋਕ ਮਰਦੇ ਨੇ। ਠੀਕ ਆ ਜੀ। ਇਨੋਸੈਂਟ ਇਜ਼ਰਾਇਲੀ ਮਰੇ ਨੇ, ਇਨੋਸੈਂਟ ਬੱਚੇ ਮਰੇ ਨੇ ਜਿਨ੍ਹਾਂ ਦਾ ਕੋਈ ਇਸ ਪੋਲਿਟਿਕਸ ਨੇ ਨਾਲ ਇਸ ਚੀਜ਼ ਨਾਲ ਲੈਣਾ ਦੇਣਾ ਨਹੀਂ। ਹੋਂ ਜਿਹੜੇ ਨੇ ਇਨੋਸੈਂਟ ਜਿਹੜੇ ਨੇ ਉਹ ਪੈਲੈਸਟੀਨੀਆਂ ਮਾਰ ਰਹੇ ਜੇ ਤੁਸੀਂ ਅੱਜ ਕਹਿ ਰਹੇ ਹੋ ਕਿ ਹਮਾਸ ਦੇ ਦੇ ਆਰ ਇੰਵੈਡਡ ਇਨ ਪਪੂਲੇਸ਼ਨ ਪਰ ਤੁਸੀਂ ਇੱਕ ਨੋ ਤੁਸੀਂ ਜੇ ਕਹਿੰਦੇ ਅੱਜ 14000 ਮਾਰ ਦਿੱਤਾ ਡੂ ਯੂ ਹੈਵ ਐਨੀ ਨੰਬਰ ਕਿ ਤੁਸੀਂ ਹਮਾਸ ਦੇ ਕਿੰਨੇ ਮਾਰੇ ਨੇ نو ਯੂ ਡੋਨਟ ਹੈਵ ਐਨੀ ਨੰਬਰ ਸੋ ਯੂ ਕੀਪ ਔਨ ਕਿਲਿੰਗ ਇਹ ਤਾਂ ਫਿਰ ਕਿਤੇ ਅੰਤ ਨਹੀਂ ਹੋਣਾ ਕਿ ਜਿਹੜੇ ਕੋਨ ਖਰਾਬੇ ਦਾ ਕੋਈ ਅੰਦਰੀ ਨਹੀਂ ਹੈ ਸਹੀ ਗੱਲ ਹੈ ਸੋ ਪਰ ਹੁਣ ਹੁਣ ਪਰ ਇਸ ਜਿਹੜੀ ਇਸ ਸਿਚੁਏਸ਼ਨ ਹੈ ਕਿ ਵਰਲਡ ਇਹਦੇ ਚੋਂ ਕਿਉਂਕਿ ਖਤਰਾ ਇਹ ਹੈ ਕਿ ਜੇ ਇਹਨੂੰ ਤੁਸੀਂ ਕਿੰਨੀ ਕੁ ਦੇਰ ਕੰਟੀਨਿਊ ਰੱਖੋਗੇ ਦੇ ਵਰਲਡ ਦੇ ਚੋਂ ਨਹੀਂ ਨਿਕਲਦਾ ਤੇ ਕੱਲ ਨੂੰ ਫਿਰ ਕਿਸੇ ਵੇਲੇ ਵੀ ਇਹ ਜਦ ਵਿਸਫੋਟ ਹੋ ਸਕਦਾ ਜੋ ਹਮ ਆਸ ਵਾਲਿਆਂ ਨੇ ਰੀਸੈਂਟਲੀ ਕੀਤਾ ਮੁੜ ਕੇ ਫਿਰ ਤੁਸੀਂ ਪੂਰੇ ਵਰਲਡ ਨੂੰ ਇਸ ਚੱਕਰ ਚ ਝੋਕ ਲਾਉਂਗੇ ਸੋ ਹੁਣ ਸਵਾਲ ਹੈ ਕਿ ਵੀ ਇਹ ਦੁਨੀਆ ਜਿਵੇਂ ਡਿਵਾਈਡ ਹੋਈ ਹੋਈ ਹੈ ਤੇ ਦੁਨੀਆ ਦੀ ਆਪਣੀ ਪੋਲਿਟਿਕਸ ਵੀ ਹੈ ਗਲੋਬਲ ਪਲੇਅਰਸ ਦੇ ਵੀ ਤਾਂ ਆਪਣੇ ਇੰਟਰਸਟ ਨੇ ਉਹ ਵੀ ਆਪੋ ਆਪਣੀ ਗੇਮ ਖੇਡ ਰਹੇ ਨੇ ਸਾਰੇ ਹਾਂਜੀ ਸੋ ਇਹ ਜਿਹੜਾ ਸਾਰਾ ਕੁਝ ਹੈ ਇੱਕ ਝਾਤ ਅਸੀਂ ਇਸ ਤੇ ਵੀ ਮਾਰਾਂਗੇ ਹਮਮ ਅਸਲ ਦੇ ਵਿੱਚ ਕਹਿੰਦੇ ਜੀ ਇਹ ਇੱਕ ਸਾਜ਼ਿਸ਼ ਹੈ ਵੀ ਜਿਊਜ਼ ਨੂੰ ਤੇ ਮੁਸਲਮ ਨੂੰ ਆਪਸ ਵਿੱਚ ਲੜਾ ਕੇ ਰੱਖੋ ਤੇ ਹਥਿਆਰ ਆਪਣੇ ਵੇਚੀ ਜਾਓ। ਅਹ ਦੇਖੋ ਜੀ ਹਿੰਦੁਸਤਾਨ ਨੂੰ ਹਥਿਆਰ ਵੇਦੇ ਹਿੰਦੁਸਤਾਨ ਦੇ ਵਿੱਚ ਕੋਈ ਜਿਊ ਨਹੀਂ ਹੈਗਾ ਜੀ। ਹਮ ਅ ਜਾਂ ਜੇ ਤੁਸੀਂ ਅਮਰੀਕਾ ਕੱਲਾ ਵੀ ਜਾਂ ਤਾਂ ਇਜ਼ਰਾਈਲ ਨੂੰ ਹਥਿਆਰ ਵੇਚਦਾ ਹੋਵੇ ਤੇ ਫਿਰ ਤੇ ਆਪਾਂ ਮੰਨ ਲਈਏ ਜਾਂ ਅਮਰੀਕਾ ਕੱਲਾ ਜਿਹੜਾ ਸਾਊਦੀ ਅਰੇਬ ਨੂੰ ਹਥਿਆਰ ਵੇਚਦਾ ਹੋਵੇ ਤੇ ਅਸੀਂ ਮੰਨ ਲਈਏ ਹਾਲਾਂਕਿ ਤੁਹਾਨੂੰ ਮੈਂ ਉਹਦੇ ਵਿੱਚ ਵੀ ਦੱਸ ਦਿੰਦਾ ਹਾਂ। ਜਿਹੜੇ ਲੇਟੈਸਟ ਵੈਪਨਰੀ ਹੈ ਯੂਐਸਡੀ ਹਮ ਦੇ ਦੇ ਦੈਟ ਕੈਨ ਨਾਟ ਗੋ ਟੂ ਦ ਅਰਬ ਕੰਟਰੀਜ਼ ਕਿਉਂਕਿ ਇਜ਼ਰਾਈਲ ਜਿਹੜਾ ਉਹਨੂੰ ਵੀਟੋ ਕਰਦਾ ਵਾ ਜਿਹੜੇ ਐਫ 30 ਫਾਲਕਨਸ ਜਿਹੜੇ ਹੈਗੇ ਨੇ ਉਹ ਸਿਰਫ ਇਜ਼ਰਾਈਲ ਕੋਲੇ ਹੈ ਯੂ ਐਸ ਉਹਨਾਂ ਨੂੰ ਵੇਚ ਨਹੀਂ ਸਕਦਾ ਰਾਈਟ ਸੋ ਇਹ ਜਿਹੜੀ ਹੈ ਨਾ ਮੈਨੂੰ ਲੱਗਦਾ ਕਿਤੇ ਨਾ ਕਿਤੇ ਥੋੜੀ ਜੀ ਆਰਗੂਮੈਂਟ ਜਿਹੜੀ ਠੀਕ ਨਹੀਂ ਹੈਗੀ ਸਿਚੁਏਸ਼ਨ ਤੁਹਾਡੇ ਕਹਿਣ ਦਾ ਮਤਲਬ ਇਸ ਤੋਂ ਜ਼ਿਆਦਾ ਕੰਪਲੀਕੇਟਡ ਹਾਂ ਕੰਪਲੀਕੇਟਡ ਜ਼ਿਆਦਾ ਕੰਪਲੀਕੇਟਡ ਹੈ ਜੇ ਜੇ ਹੀ ਚੀਜ਼ ਹੁੰਦੀ ਤੇ ਕੈਥੋਲਿਕ ਯੂ ਐਸ ਜਿਹੜਾ ਸੀਗਾ ਅਫਗਾਨਿਸਤਾਨ ਜਾ ਕੇ ਹਮਲਾ ਨਾ ਕਰਦਾ ਕੈਥੋਲਿਕ ਯੂ ਐਸ ਜਾ ਕੇ ਜਿਹੜਾ ਵਾ ਇਰਾਕ ਦੇ ਵਿੱਚ ਹਮਲਾ ਨਾ ਕਰਦਾ ਸੋ ਆਪਾਂ ਕਈ ਵੀ ਚੀਜ਼ਾਂ ਨੂੰ ਓਵਰ ਸਿੰਪਲੀਫਾਈ ਕਰ ਦਿੰਦੇ ਹਣਾ ਇਹ ਪੰਗਾ ਪੰਗਾ ਇਹ ਵੀ ਇਹਦੇ ਚ ਹੁਣ ਜਿਹੜੀ ਦੁਨੀਆ ਪਿੱਛੇ ਜੇ ਤਾਂ ਇਹ ਵੀ ਖਤਰਾ ਹੋ ਗਿਆ ਸੀ ਵੀ ਜੇ ਹੋਰ ਵੀ ਕੰਟਰੀ ਇਸ ਜੰਗ ਚ ਲਿਪਟ ਗਏ ਆ ਗਏ ਤਾਂ ਕਹਾਣੀ ਜਾਦਾ ਨਾ ਬिखर ਜਾਏ ਬਾਹਰ ਗਲਪਕੇ ਦੇ वर्ल्ड वॉਰ ਵਾਲੇ ਪਾਸੇ ਨੂੰ ਨਾ ਵਾਜੀ ਇਦਾਂ ਦਾ ਵੀ ਕੋਈ ਸ਼ੁਰੂ ਸ਼ੁਰੂ ਚ ਲੋਕਾਂ ਨੂੰ ਹੋਇਆ ਸੀ ਪਰ ਲੱਗਦਾ ਵੀ ਉਹ ਸਿਚੁਏਸ਼ਨ ਨੂੰ ਥੋੜਾ ਜਿਹਾ ਕੰਟਰੋਲ ਕਰਨ ਵਾਲੇ ਪਾਸੇ ਨੂੰ ਹੁਣ ਦੁਨੀਆ ਵਧੀ ਹੈ ਤੇ ਇਸ ਵੇਲੇ ਜਿਹੜੇ ਇਹ ਗਲੋਬਲ ਪਲੇਅਰਸ ਨੇ ਚاہے ਆਪਣੇ ਵੈਸਟ ਵਾਲੇ ਨੇ ਚاہے ਅਰਬ ਦੇ ਮੁਲਕ ਨੇ ਜਦੋਂ ਬਾਕੀ ਕੰਟਰੀ ਨੇ ਉਹ ਉਹਨਾਂ ਦਾ ਜਿਹੜਾ ਰੋਲ ਹੈ ਉਹ ਕਿਵੇਂ ਸਾਰੀ ਗੇਮ ਚ ਆਪੋ ਆਪਣਾ ਇੰਟਰਸਟ ਅੱਗੇ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਥੋੜਾ ਜਿਹਾ ਇੱਕ ਨਜ਼ਰ ਤੁਸੀਂ ਇਸ ਤੇ ਮਾਰ ਸਕਦੇ ਹੋ ਅ ਇਹਦੇ ਵਿੱਚ ਨਾ ਜੀ ਦੋ ਤਿੰਨ ਪਲੇਅਰ ਜਿਹੜੇ ਨੇ ਉਹ ਮੈਨਿਆ ਆਈ ਵਿਡਨਟ ਕਨਸਿਡਰ ਕਿ ਚਾਈਨਾ ਜਾਂ ਰਸ਼ੀਆ ਦਾ ਕੋਈ ਹੈਗਾ ਉਹਨਾਂ ਦੇ ਬਿਜ਼ਨਸ ਇੰਟਰਸਟ ਹੋ ਸਕਦੇ ਪਰ ਸਟ੍ਰੈਟੈਜੀਕ ਇੰਟਰਸਟ ਉਹਨਾਂ ਦੇ ਜਾਦਾ ਡੂੰਘੇ ਨਹੀਂ ਹੈ ਜਿਨਨੇ ਜਿਹੜੇ ਸਟ੍ਰੈਟੈਜੀਕ ਇੰਟਰਸਟ ਜ਼ਿਆਦਾ ਹੈਗੇ ਨੇ ਤੇ ਉਹ ਯੂਐਸਏ ਦੇ ਨੇ ਤੇ ਈਰਾਨ ਦੇ ਨੇ ਹੂੰ ਈਰਾਨ ਜਿਹੜਾ ਇੱਕ ਮੇਜਰ ਪਲੇਅਰ ਆ ਉਹਦੇ ਵਿੱਚ ਹਣਾ ਹੂੰ ਹੂੰ ਉਹਨਾ ਮੁਸਲਮਾਨ ਸੇ ਵਿੱਚ ਵੀ ਤੁਹਾਨੂੰ ਪਤਾ ਹੈ ਕਿ ਸ਼ੀਆ ਸੁਨੀ ਵਾਲਾ ਜਿਹੜਾ ਚੱਕਰ ਹੈ ਨਾ ਬਿਲਕੁਲ ਅਹ ਈਰਾਨ ਜਿਹੜਾ ਵਾ ਸ਼ੀਆ ਲਿਬਨਾਨ ਸ਼ੀਆ ਹੈ ਨਾ ਹਮਮ ਤੇ ਹੁਣ ਜਿਹੜੇ ਅਹ ਈਰਾਨ ਜਿਹੜਾ ਵਾ ਉਹ ਕਾ ਜੇ ਗਲੋਬਲ ਓਵਰਆਲ ਪਲਾਨ ਜੀ ਦੇਖਿਆ ਜਾਵੇ ਤੇ ਦੈਟ ਇਜ਼ ਐਂਟਾਗੋਨਿਸਟਿਕ ਟੂ ਯੂਐਸ ਨਾ ਹਮਮ ਉਹ ਜਦੋਂ ਪਿਛਲੀ ਵਾਰੀ ਵੀ ਅਕੋਰਡਸ ਕੀਤੇ ਨੇ ਅਬਰਾਹਮਿਕ ਅਕੋਰਡ ਜਿਹੜੇ ਟਰੰਪ ਵਿਲੇ ਆਪਣਾ ਇਨੀਸ਼िएट ਕੀਤੇ ਗਏ ਸੀਗੇ ਉਹ ਸਾਰੇ ਸੁੰਨੀਸ ਦੇ ਨਾਲ ਸੀਗੇ ਤੁਸੀਂ ਤੁਸੀਂ ਦੇਖਿਓ ਕਿ ਇਰਾਕ ਇਜ਼ਰਾਈਲ ਦੇ ਬਹਿਰਨ ਅਲ ਬਹਿਰੈਨ ਨਾਲ ਹੋਇਆ ਯੂਈਏ ਦੇ ਨਾਲ ਵੈਸਾਦਨ ਦੇ ਨਾਲ ਦੇ ਵਰ ਇਨ ਦੀ ਪ੍ਰੋਸੈਸ ਆਫ ਡੂਇੰਗ ਥੈਟ ਵਿਦ ਸਾਊਦੀ ਅਰੇਬੀਆ ਜੁਗਾ unless and until ਜੇ ਤੁਸੀਂ ਇਰਾਨ ਨੂੰ ਵਿੱਚ ਇਸ ਚੀਜ਼ ਦੇ ਨਹੀਂ ਲੈਂਦੇ ਤੇ ਇੱਥੇ ਵੀ ਪੀਸ ਹੋਣਾ ਜਿਹੜਾ ਵਾ ਬਹੁਤ ਔਖਾ ਕਿਉਂਕਿ ਇਰਾਨ ਜਿਹੜਾ ਵਾ ਉਹ ਉਹਨੂੰ ਪਤਾ ਹੈ ਕਿ ਮੈਂ ਡਾਇਰੈਕਟ ਕਨਫਲਿਕਟ ਦੇ ਵਿੱਚ ਜਿਹੜਾ ਵਾ ਉਹ ਨਾਲ ਕੁਝ ਨਹੀਂ ਕਰ ਸਕਦਾ ਸੋ ਉਹਨੇ ਦੋ ਪ੍ਰਾਕਸੀਸ ਜਿਹੜੀਆਂ ਨੇ ਦੋਵੇਂ ਪਾਸੇ ਬਣਾ ਕੇ ਰੱਖੀਆਂ ਹੈਜ਼ਬੁੱਲਾ ਕਰ ਲੋ ਤੇ ਭਾਵੇਂ ਹਮਾਸ ਕਰ ਲੋ ਹੁਣ ਥੈਨ ਯੂ ਹੈਵ ਅਨਦਰ ਪਾਵਰ ਇਜੀਪਟ ਹਾਲਾਂਕਿ ਇਜ਼ਰਾਈਲ ਦਾ ਇਜੀਪਟ ਦੇ ਨਾਲ ਜਾਰਡਨ ਦੇ ਨਾਲ ਜਿਹੜੇ ਨੇ ਅਕੋਰਡਸ ਹੈ ਕਿ ਨਹੀਂ ਉਹਨਾਂ ਦੇ ਵਿੱਚ ਕਨਫਲਿਕਟ ਨਹੀਂ ਹੁੰਦੀ ਪਰ ਅਨਲੈਸਡ ਅੰਟਿਲ ਤੁਸੀਂ ਜਿਹੜੇ ਇਹ ਇਸ਼ੂਸ ਅਡਰੈਸ ਕਰੋਗੇ ਉਹਨੇ ਦੇ ਜਿਹੜਾ ਤੁਹਾਡਾ ਜਿਹੜੀ ਇਹ ਮਸ ਹੁਣ ਇਬਰਾਹਿਮ ਅਕੋਰਡ ਦਾ ਮਤਲਬ ਇਹ ਸੀਗਾ ਕਿ ਯੂ ਐਸ اے ਜਿਹੜਾ ਸੀਗਾ ਉੱਥੋਂ ਵਿਧਰੋ ਕਰਨਾ ਚਾਹੁੰਦਾ ਸੀ ਪੀ ਉਹਨਾਂ ਨੂੰ ਜਿਹੜਾ ਸੀਗਾ ਕਿ ਜਿਹੜਾ ਮਿਡਲ ਈਸ ਜਿਹੜਾ ਸੀਗਾ ਉਹ ਵਟ ਵਾਸ ਟੇਕਿੰਗ ਅ ਲੋਟ ਆਫ ਟਾਈਮ ਲੋਟ ਆਫ ਰਿਸੋਰਸਸ ਉੱਥੇ ਚੀਜ਼ਾਂ ਮੈਨੇਜ ਨਹੀਂ ਸੀ ਦੇ ਵਾਂਟਡ ਟੂ ਗੈਟ ਆਊਟ ਆਫ ਦੈਟ ਅਕੋਰਡ ਜੇ ਸਾਈਨ ਕਰ ਲੈਣ ਤੇ ਨਾ ਜੀ ਪੀਸ ਰਹਿ ਜਾਊਗਾ ਵਟ ਦੇ ਡਿਸਕਾਉਂਟਡ ਵਾਸ ਦੀ ਇਸ਼ੂ ਆਫ ਪੈਲੇਸਟਾਈਨ ਹੁਣ ਜਦੋਂ ਜਦੋਂ ਇਹ ਪਤਾ ਲੱਗ ਰਿਹਾ ਸੀਗਾ ਹੋ ਰਿਹਾ ਤੇ ਪ੍ਰੋਬੇਬਲੀ ਇਹਦੇ ਵਿੱਚ ਕਿਹਾ ਜਾਂਦਾ ਵਾ ਰਿਪੋਰਟਸ ਤਾਂ ਇਹੀ ਕਹਿ ਰਹੀਆਂ ਨੇ ਜਾਂ ਜਿਹੜਾ ਮੀਡੀਆ ਦੇ ਵਿੱਚ ਆ ਰਹੀਆਂ ਨੇ ਜਾਂ ਉਹਦਾ ਵੀ ਜਿਹੜੇ ਇੱਕ ਚੀਜ਼ ਵੀ ਬੰਦੀ ਆ ਕਿ ਇਰਾਨ ਨੇ ਇਨਸਟੀਗੇਟ ਕੀਤਾ ਵੀ ਇਹ ਚੀਜ਼ਾਂ ਨੇ ਹੁਣ ਇਹਦੇ ਚੀਜ਼ ਨੇ ਸਾਰਾ ਮਸਲਾ ਜਿਹੜਾ ਵਾ ਉੱਥੇ ਜਿਹੜਾ ਉਹ ਕlar ਦਿੱਤਾ ਹੈ ਅ ਪਲੱਸ ਯੂ ਹੈਵ ਅਨਦਰ ਇਸ਼ੂ ਯੂਕਰੇਨ ਤੇ ਰਸ਼ੀਆ ਦਾ ਜਿਹੜਾ ਹਨਾ ਹਣ ਜੀ ਉਹਦੇ ਵਿੱਚ ਵੀ ਫਿਰ ਜਿਹੜੀ ਆ ਇਹ ਪੁਕਰੇਸੀ ਤੁਹਾਡੀ ਸਾਹਮਣੇ ਆਉਂਦੀ ਜੇ ਰਸ਼ੀਆ ਨੂੰ ਅਗਰੈਸਰ ਮੰਨਦੇ ਹੋ ਤੇ ਯੂਕਰੇਨ ਦੇ ਵਿੱਚ ਇਹ ਚੀਜ਼ਾਂ ਹੋ ਰਹੀਆਂ ਨੇ ਉੱਥੇ ਤੁਸੀਂ ਜਿਹੜਾ ਵਾ ਰਸ਼ੀਆ ਨੂੰ ਕਰ ਰਹੇ ਹੋ ਇਹਦੇ ਵਿੱਚ ਤੁਹਾਨੂੰ ਇਜ਼ਰਾਈਲ ਨੂੰ ਕਰਨਾ ਪਊਗਾ ਪਰ ਹਾਲਾਂਕਿ ਡਬਲ ਸਟੈਂਡਰਡਸ ਪਰ ਚਲੋ ਮੈਂ ਇਹ ਜਿਹੜਾ ਇਹਨੂੰ ਚੀਜ਼ ਨੂੰ ਬਹੁਤਾ ਇਕੁਅਲ ਨਹੀਂ ਮੰਨਦਾ ਇਹਦੇ ਇਸ ਕਰਕੇ ਡਿਫਰੈਂਟ ਹੈ ਵੀ ਇੱਥੇ ਹਮਾਸ ਨੇ ਅਟੈਕ ਕੀਤਾ ਹਾਂਜੀ ਹਾਂਜੀ ਉਹਦੇ ਵਿੱਚ ਯੂਐਸਐਸਆਰ ਅਗਰੈਸਰ ਹੈ ਨਾ ਪਰ ਉਹ ਜਿੱਦਾਂ ਕਹਿਣਾ ਕਿ ਹਮਾਸ ਜਿਹੜੀ ਆ ਕਿ ਉਹ ਸਿਵਿਲਿਅਨਸ ਨੂੰ ਐਸੇ ਸ਼ੀਲਡ ਯੂਜ਼ ਕਰ ਰਹੀ ਆ ਤੇ ਇੰਬੈਡਡ ਆ ਤੇ ਅਸੀਂ ਇਹਦਾ ਫਿਰ ਕਿੰਨੇ ਕ ਮਾਰ ਲੋਗੇ ਫਿਰ ਤੁਸੀਂ ਸੋ ਸੌਰੀ ਸਾਰੀ ਗੱਲ ਦਾ ਜੋ ਮੈਨੂੰ ਸਮਝਦਾ ਵੀ ਇਹਦਾ ਨਿਚੋੜ ਇੱਥੇ ਜੇ ਆਗੇ ਨਿਕਲਦਾ ਹੈ ਕਿ ਦੁਨੀਆ 'ਚ ਭਾਵੇਂ ਜਿਹੜੀ ਇੱਕ ਤਰ ਕਿੰਨੀ ਮਰਜ਼ੀ ਵੱਡੀ ਹੋਵੇ ਹੂੰ ਤੇ ਦੂਜੀ ਤਰ ਕਿੰਨੀ ਮਰਜ਼ੀ ਛੋਟੀ ਤੇ ਕਮਜ਼ੋਰ ਹੋਵੇ ਤੁਸੀਂ ਕਿਸੇ ਨੂੰ ਬਿਲਕੁਲ ਖਤਮ ਨਹੀਂ ਕਰ ਸਕਦੇ ਤੇ ਜੇ ਤੁਸੀਂ ਕਿਸੇ ਨੂੰ ਬਹੁਤ ਬਿਲਕੁਲ ਕੰਧ ਨਾਲ ਲਾਉਂਗੇ ਤੇ ਉਹ 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 ਆਪ ਭਾਵੇਂ ਹੋਰ ਕੁਝ ਨਾ ਕਰ ਸਕੇ ਤੁਹਾਡਾ ਨੁਕਸਾਨ ਜ਼ਰੂਰ ਕਰ ਦਾਂਗੇ ਇੰਪੋਸੀਬਲ ਜੂਸ ਤੋਂ ਹੀ ਲੈ ਲਓ ਜੀ ਜਿੰਨੀ ਨਹੀਂ ਪਰਸੇਕਿਊਸ਼ਨ ਇਹਨਾਂ ਦੀ ਹਿਸਟਰੀ ਦੇ ਵਿੱਚ ਹੈ ਮੈਨੂੰ ਨਹੀਂ ਲੱਗਦਾ ਕਿ ਕਿਸੇ ਦੀ ਵੀ ਹੋਈ ਹੋਵੇ ਰਾਈਟ ਹਾਲੋਕਾਸਟ ਵੀ ਉਸ ਤੋਂ ਪਹਿਲਾਂ ਵੀ ਜਿਹੜੀ ਹੈ ਤੁਹਾਨੂੰ ਮੈਂ ਦੱਸਣਾ ਕਿ ਫਰਸਟ ਕ੍ਰੂਸੇਡ ਜਿਹੜਾ ਸੀਗਾ ਜਿਹੜਾ ਪੋਪ ਨੇ ਕੀਤਾ ਸੀਗਾ ਹਾਲਾਂਕਿ ਕ੍ਰੂਸੇਡ ਜਿਹੜੇ ਨੇ ਮੁਸਲਮਾਂਸ ਦੇ ਅਗੇਂਸਟ ਹੋਏ ਨੇ ਯੂ نو ਹਾਊ ਮੈਨੀ ਮੁਸਲਮਸ ਔਰ ਕਿਲਡ ਜ਼ੀਰੋ ਸਾਰੇ ਵਿਚਾਰੇ ਮਾਰੇ ਯੋਧੇ ਮਾਰੇ ਇਹਨਾਂ ਨੇ ਜਦੋਂ 크ਰਿਸਚੀਅਨਸ ਨੇ ਮਾਰਨੇ ਸੋ ਜਿਹੜੀ ਚੀਜ਼ ਇਨੀ ਕੁ ਔਖੀ ਜਿੰਨੀ देर ਤੁਸੀਂ ਆਪਣੀ ਪੋਲੀਟੀਕਲ ਪਲੇਅਰਸ ਜਿਹੜੇ ਨੇ ਉਹ ਨਹੀਂ ਸਾਹਮਣੇ ਆਉਦੇ ਪੋਲੀਟੀਕਲ ਪਲੇਅਰਸ ਦੇ ਵਿੱਚ ਇਨਸਿਸੀਰਿਟੀ ਨਹੀਂ ਹੈਗੀ ਹਾਰਡਲਾਈਨਰਸ ਨੂੰ ਤੁਸੀਂ ਪਿੱਛੇ ਨਹੀਂ ਕਰਦੇ ਉਹਨੀ ਦੇਰ ਜਿਹੜਾ ਇੱਕ ਫਾਈਨਲ ਸੋਲੂਸ਼ਨ ਜਾਂ ਦੋਨੇ ਪਾਸੇ ਹੈ ਵੀ ਜਿਹੜੀਆਂ ਤਾਂ ਹੈਗੀਆਂ ਨੇ ਵੱਡੀਆਂ ਤਰ੍ਹਾਂ ਜਾਂ ਸਰਕਾਰਾਂ ਜਾਂ ਰੂਲਿੰਗ ਜਾਂ ਮੈਜੋਰਿਟੀਸ ਉਹਨਾਂ ਨੂੰ ਇਹ ਚਾਹੀਦਾ ਕਿ ਆਪਣੇ ਜਿਹੜੇ ਇਹ ਬਹੁਤ ਜਿਹੜਾ ਇਹ ਸੋਚਣਾ ਵੀ ਕਿਸੇ ਦੂਜੀ ਤਰ੍ਹਾਂ ਉਹ ਅਸੀਂ ਖਤਮ ਹੀ ਕਰ ਸਕਦੇ ਹਾਂ ਇੱਕ ਸਾਫ਼ ਹੀ ਕਰ ਦੋ ਇਹ 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 ਅੱਜ ਦੇ ਯੁੱਗ ਚੱਲਣ ਵਾਲੀ ਗੱਲ ਨਹੀਂ ਹੈ ਨਹੀਂ ਪੋਸੀਬਲ ਨਹੀਂ ਹੈ ਦੋਹਿਆਂ ਨੂੰ ਵੀ ਤੁਹਾਨੂੰ ਥਾਂ ਦੇਣੀ ਪੈਣੀ ਤਾਂ ਹੀ ਤੁਹਾਡੇ ਪੀਸ ਹੋ ਸਕਦਾ ਬਿਲਕੁਲ ਜੀ ਇਹ ਮਲ ਕੀ ਹਾਂਜੀ ਕੋ-ਐਗਜ਼ਿਸਟੈਂਸ ਜਿਹੜੀ ਹੈ ਤਾਂ ਦੀ ਪੋਸੀਬਲ ਹੈਗੀ ਹੈ ਤੁਹਾਡੀ ਜੇ ਤੁਸੀਂ ਅਗਲੇ ਨੂੰ ਵੀ ਥੋੜੀ ਜਿਹੀ ਥਾਂ ਤੇ ਇਸੇ ਤਰ੍ਹਾਂ ਜਿਹੜੀਆਂ ਲੜ ਰਹੀਆਂ ਧਿਰਾਂ ਨੇ ਉਹਨਾਂ ਨੂੰ ਆਪਣੇ ਆ ਬਹੁਤ ਜ਼ਿਆੜੇ ਜਿਹੜੇ ਹੁੰਦੇ ਨੇ ਨਾ ਮਾਰ ਕੇ ਬਾਜ਼ ਹਾਰਡਲਾਈਨਰ ਕਰਮ ਗੱਲ ਕਰਨ ਵਾਲੇ ਇਹਨਾਂ ਤੋਂ ਥੋੜਾ ਜਿਹਾ ਬਤਨਾਂ ਚਾਹੀਦਾ ਪਰ ਸ਼ਮੀਲ ਜੀ ਹਾਰਡਲਾਈਨਰਸ ਨੂੰ ਵੀ ਜਗਾ ਸਾਡੀ ਉਹ ਪੋਲਿਟਿਕਸ ਹੀ ਦਿੰਦੀ ਆ ਜੇ ਤੁਸੀਂ ਹੁਣੇ ਗੱਲ ਕਰ ਰਹੇ ਸੀਗੇ ਯੂਰਪ ਦੇ ਵਿੱਚ ਜਿੱਦਾਂ ਰਾਈਟ ਵਿੰਗ ਜਿਹੜਾ ਅੱਗੇ ਆ ਰਿਹਾ ਵਾ ਦੁਨੀਆ ਦੇ ਵਿੱਚ ਹਰ ਯੂਰ ਰਾਈਟ ਵਿੰਗ ਇਜ਼ ఎవਰੀਵੇਅਰ ਹਾਰਡਲਾਈਨਰ ਰਾਈਟ ਤੁਸੀਂ ਸਿਚੁਏਸ਼ਨਸ ਉਸ ਜਾਂ ਕ੍ਰੀਏਟ ਕਰਦੇ ਜੇ ਕਿ ਲੋਕਾਂ ਨੂੰ ਜਿਹੜਾ ਵਾ ਹਾਰਡਲਾਈਨ ਨੂੰ ਜਿਹੜੀ ਆ ਉਹ ਹਾਰਡਲਾਈਨਰਸ ਨੂੰ ਫਾਲੋ ਕਰਨੀ ਜਾਂ ਹਾਰਡਲਾਈਨਰਸ ਨੂੰ ਐਂਡੋਰਸ ਕਰਨ ਦੀ ਦੌੜ ਪੈਂਦੀ ਆ ਹੂੰ ਹੂੰ ਜਦੋਂ ਇੱਕ ਕਰੀਬੀ ਦੀ ਲਿਬਰਲ ਵੀ ਜਿਹੜਾ ਵਾ ਆਪਣੀ ਡਿਊਟੀ ਨੂੰ ਭੁੱਲ ਜਾਂਦਾ ਵਾ ਤੇ ਬਲਾਈਂਡਲੀ ਇੱਕ ਚੀਜ਼ ਬਾਰੇ ਕਰਨਾ ਸ਼ੁਰੂ ਕਰ ਦਿੰਦਾ ਵਾ ਤੇ ਮੌਕਾ ਮਿਲਦਾ ਵਾ ਹਾਰਡਲਾਈਨਰਸ ਨੂੰ ਜਿਹੜਾ ਵਾ ਉੱਥੇ ਆਉਂਦਾ ਕਿਉਂਕਿ ਮੈਨੂੰ ਲੱਗਦਾ ਸਾਰੇ ਸੋਲੂਸ਼ਨਸ ਹਾਰਡਲਾਈਨਰ ਹਾਰਡਲਾਈਨਰ ਕੋਲ ਨਹੀਂ ਅਗਰੇ ਸਾਰੇ ਸੋਲੂਸ਼ਨ ਜਿਹੜੇ ਨੇ ਲਿਬਰਲਸ ਕੋਲ ਵੀ ਨਹੀਂ ਆਗੇ ਸੋ ਯੂ ਹੈਵ ਟੂ ਫਾਈਂਡ ਸਮ ਕਮਨ ਗਰਾਉਂਡ ਕਿ ਜਿੱਥੇ ਹਰ ਇੱਕ ਦੀ ਜਿਹੜੀ ਪੀਸਫੁਲ ਕੋ-ਐਗਜ਼ਿਸਟੈਂਸ ਜਿਹੜੀ ਆ ਪੋਸੀਬਲ ਹੋਵੇ ਤੇ ਇਹ ਸੀਤੋ ਜਿਹੜਾ ਵਾ ਪਰਮਨੈਂਟ ਛਡਕਾਰਾ ਜਿਹੜਾ ਪਾਇਆ ਜਾ ਸਕੇ ਤੇ ਨਹੀਂ ਤਾਂ ਦੇਖੋ ਛੋ ਛੋਟਾ ਜਿਹਾ ਖਿੱਤਾ ਹੀ ਹੈ ਨਾ ਐਬਸੋਲੂਟਲੀ ਉਹ ਛੋਟਾ ਜਿਹਾ ਖਿੱਤਾ ਹੀ ਪੂਰੀ ਦੁਨੀਆ ਚ ਟ੍ਰਬਲ ਦਾ ਕਾਰਨ ਬਣਿਆ ਹੋਇਆ ਅੱਛਾ ਮੈਂ ਤੁਹਾਨੂੰ ਇੱਕ ਹੋਰ ਫੈਕਟ ਇਹ ਇੱਥੇ ਕੈਨੇਡਾ ਚ ਸਾਨੂੰ ਮਤਲਬ ਸਾਡੇ ਕੈਨੇਡੀਅਨ ਸਮਾਜ ਚ ਡਿਵੀਜ਼ਨ ਪੈਦਾ ਹੋਈ ਪਈ ਆ ਉਹਦੇ ਕਰਕੇ ਅੱਛਾ ਬਿਲਕੁਲ ਬਿਲਕੁਲ ਹਾਂ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਹਿਸਟਰੀ ਦੇ ਵਿੱਚ ਇੱਕ ਪੁਆਇੰਟ ਆਉਂਦਾ ਸੀਗਾ ਕਿ ਜਦੋਂ ਬ੍ਰਿਟਿਸ਼ ਐਮਪਾਇਰ ਨੇ ਪੈਲੇਸਟਾਈਨ ਨੂੰ ਜਿਹੜਾ ਲੈਂਦਾ ਕੀਤਾ ਨਾ ਤੇ ਜਿਹੜੇ ਉਹਦੇ ਦੇ ਮਿਲਟਰੀ ਮਿਲਟਰੀ ਕਮਾਂਡਰ ਸੀਗੇ ਉਹਨਾਂ ਨੇ ਉਹਨਾਂ ਨੂੰ ਕਿਹਾ ਕਿ ਡਿਸਿਸਟ ਕੀਤਾ ਕਿ ਇਹਦੀ ਤਾਂ ਕੋਈ ਵੈਲਿਊ ਹੀ ਨਹੀਂ ਆਗੀ ਕਿ ਤੁਸੀਂ ਕਿਉਂ ਆਪਣੇ ਆਪ ਨੂੰ ਇਸ ਚੀਜ਼ ਦੇ ਵਿੱਚ ਉਲਝਾ ਰਹੇ ਹੋ ਇਹਦਾ ਕੋਈ ਬਹੁਤਾ ਬਲ ਨਹੀਂ ਹੈ ਨਾ ਯੂ 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 ਵਿਲ ਰਿਪੈਂਟ ਐਂਡ ਰਿਪੈਂਟ ਦੇ ਡਿਡ ਹੁਣ ਜੇ ਤੁਸੀਂ ਕੈਨੇਡਾ ਦੀ ਲੈਂਦੇ ਹੋ ਕਿ ਕੈਨੇਡਾ ਹੁਣ ਮਲਟੀਕਲਚਰਲ ਕੰਟਰੀ ਹੈ ਡਿਵਰਸ ਕੰਟਰੀ ਹੈ इवन ਤੁਸੀਂ ਦੇਖੋ ਜੇ ਹੁਣ ਕਰੰਟ ਟ੍ਰੂਸ ਜਿਹੜਾ ਹੋ ਰਿਹਾ ਵਾ ਤਿੰਨ ਚਾਰ ਦਿਨਾਂ ਵਾਸਤੇ ਉਹ ਵੀ ਇਸੇ ਕਰਕੇ ਆ ਕਿ ਜਿਹੜੀ ਪਪੂਲਰ ਓਪੀਨੀਅਨ ਹੈ ਇਹਨਾਂ ਮੁਲਕਾਂ ਦੇ ਵਿੱਚ ਦੈਟ ਇਜ਼ ਅਗੇਂਸਟ ਦੀ ਪੋਲੀਟੀਕਲ ਓਪੀਨੀਅਨ অর ਪੋਲੀਟੀਕਲ ਪੁਆਇੰਟ ਆਫ ਥੀ ਯੂਐਸ ਦੇ ਵਿੱਚ ਨਿਊਯਾਰਕ ਚ ਲਾ ਲਓ ਤੁਸੀਂ ਭਾਵੇਂ ਕੈਲੀਫੋਰਨੀਆ ਲਾ ਲਓ ਮਲਕ ਕਿਤੇ ਵੀ ਤੁਸੀਂ ਬਹੁਤ ਵੱਡੇ ਵੱਡੇ ਮਜਾਰੇ ਹੋ ਰਹੇ ਨੇ ਇਹ ਇਹ ਨਹੀਂ ਕਿ ਮਜਾਰੇ ਕੱਲੇ ਪੈਲੇਸਟੀਨੀਅਨਸ ਕਰ ਰਹੇ ਨੇ ਇਵਨ ਯੂਸ ਵੀ ਕਰ ਰਹੇ ਨੇ ਇਜ਼ਰਾਈਲੀਜ਼ ਵੀ ਕਰ ਰਹੇ ਨੇ ਵੀ ਵਾਟ ਇਜ਼ ਹੈਪਨਿੰਗ ਹਨਾ ਟਰੂਡੋ ਜਿਹੜੇ ਨੇ ਉਹ ਰੈਸਟੋਰੈਂਟ ਜਾਂਦੇ ਨੇ ਹੀ ਸਰਾਊਂਡਡ ਹੂੰ ਤੁਹਾਡੇ ਯੂਨੀਵਰਸਿਟੀ ਦੇ ਕੈਂਪਸਿਸ ਇਸ ਦੇ ਵਿੱਚ ਜਿਹੜੀ ਨੇ ਦੋਵਾਂ ਪਾਸੇ ਭਾਵੇਂ ਇਸਲਾਮੋਫੋਬੀਆ ਲਾ ਲੋ ਤੇ ਭਾਵੇਂ ਐਨਟੀ ਸੈਂਟੀਸਿਮਿਜ਼ਮ ਲਾ ਲੋ ਜਿਹੜਾ ਵਾ ਪ੍ਰਚਲਿਤ ਹੋ ਰਿਹਾ ਵਾ ਸੋ ਮੈਨੂੰ ਲੱਗਦਾ ਕਿ ਇਹ ਇਹ ਸਗੋਂ ਐਜੇ ਇੱਕ ਇੱਕ ਜਿਹੜਾ ਇੱਕ ਪ੍ਰੈਸ਼ਰ ਕੰਮ ਕਰ ਰਹੇ ਨੇ ਮੈਨੂੰ ਲੱਗਦਾ ਕਿ ਦੇ ਵਿਲ ਫੋਰਸ देयर ਗਵਰਨਮੈਂਟਸ ਟੂ ਟੂ ਗੋ ਫਾਰ ਸਮ ਕਾਈਂਡ ਆਫ ਸੋਲੂਸ਼ਨ ਬਿਕੋਜ਼ ਜਦੋਂ ਹੁਣ ਯੂਥ ਜਿਹੜਾ ਵਾ ਉਹ ਜ਼ਿਆਦਾ ਅਵੇਅਰ ਹੈ ਇਨਾਂ ਚੀਜ਼ਾਂ ਬਾਰੇ ਪੋਲੀਟਿਕਲੀ ਯੂਥ ਜਿਹੜਾ ਵਾ ਆਪਾਂ ਜਿੰਨਾ ਮਰਜ਼ੀ ਉਹਨੂੰ ਡਿਸਕ੍ਰੈਡਿਟ ਕਰੀਏ ਬਟ ਦੇ ਆਰ ਮੋਰ ਅਵੇਅਰ ਆਫ ਥਿੰਗਸ ਐਂਡ ਸਿਚੁਏਸ਼ਨਸ ਹਨਾ ਜੇ ਉਹਨਾਂ ਨੇ ਜੇ ਜੇ ਇਜ਼ਰਾਈਲ ਦੇ ਨਾਲ ਸਿੰਪਥੀ ਸੀਗੀ 7 ਅਕਤੂਬਰ ਤੋਂ ਬਾਅਦ ਪਰ ਮੈਨੂੰ ਲੱਗਦਾ ਵੀ ਜਿੰਨੀ ਕੁਇਕਲੀ ਉਹਨਾਂ ਨੇ ਸਿੰਪਥੀ ਜਿਹੜੀ ਆ ਵਿਦ ਇਨਡਿਸਕ੍ਰਿਮੀਨੇਟ ਬੰਬਿੰਗ ਕਰਕੇ ਕੀਤੀ ਆ ਉਹ ਉਹ ਵੀ ਹੈਗੀ ਆ ਵਿੱਚ ਚੀਜ਼ ਸੋ ਮੈਨੂੰ ਲੱਗਦਾ ਵੀ ਜਿਹੜੇ ਭਾਵੇਂ ਤੁਸੀਂ ਮੈਂ ਯੂਕੇ ਚ ਲਾ ਲਓ 3 3 4 4 ਲੱਖ ਬੰਦਾ ਜਿਹੜਾ ਵਾ ਯੂਕੇ ਦੇ ਲੰਡਨ ਦੇ ਵਿੱਚ ਜਿਹੜਾ ਜਾ ਕੇ ਮੁਜਾਰੇ ਕਰਨ ਦਾ ਵੀ ਬੜੀ ਸੈਪਨਿੰਗ ਸੋ ਅਲ ਬਰੇਵਰ ਮੈਨ ਨੂੰ ਜਿਹੜਾ ਭਾਵੇਂ ਉਹਨੇ ਜਵਾਬ ਜੋ ਮਰਜ਼ੀ ਦਿੱਤਾ ਪਰ ਸ਼ੀ ਹੈਜ਼ ਟੂ ਗੋ ਆਊਟ ਆਫ ਕੈਬਨਟ ਇਹ ਵੀ ਕਿ ਚੁੱਟੀਆਂ ਗੱਲਾਂ ਨਹੀਂ ਹੈਗੀਆਂ ਹਨਾ इवन ਜਿਹੜੀ ਕਰੰਟ ਬ੍ਰੀਸ ਉਹਨਾਂ ਦੇ ਵੀ ਇਹੀ ਆ ਰਹੀ ਹੈ ਕਿ ਜਿਹੜੀ ਆ ਜਿਹੜੀ ਆ ਇਨਡਿਸਕ੍ਰਿਮੀਨੇਟ ਕਿਲਿੰਗ ਆ ਉਹ ਨਹੀਂ ਹੋਣੀ ਚਾਹੀਦੀ इवन ਪ੍ਰਾਈਮ ਮਿਨਿਸਟਰ ਟਰੂਡੋ ਨੇ ਵੀ ਇਸ ਚੀਜ਼ ਬਾਰੇ ਜ਼ੋਰ ਦਿੱਤਾ ਵਾਕਿ ਤੁਸੀਂ ਜਿਹੜਾ ਵਾ ਯੂ ਕੈਨ ਨਾਟ ਕਿਲ ਬੇਬੀਜ਼ ਯੂ ਜਸਟ ਕੈਨ ਨਾਟ ਬੀ ਡੂਇੰਗ ਲਾਈਕ ਥੈਟ ਸੋ ਕਿਤੇ ਨਾ ਕਿਤੇ ਜਿਹੜੀ ਆ ਉਹ ਚੀਜ਼ ਜਿਹੜੀ ਆ ਉਹ ਆ ਰਹੀ ਆ ਸੋ ਬੇਸਿਕਲੀ ਸਾਰਿਆਂ ਵਾਸਤੇ ਇਹ ਲੈਸਨ ਹੈ ਹਾਂ ਹਾਂ ਕਿ ਜਿਹੜੀ ਤੁਸੀਂ ਦੂਜੀ ਧਿਰ ਨੂੰ ਭਾਵੇਂ ਤੁਹਾਨੂੰ ਕਿੰਨਾ ਮਰਜ਼ੀ ਉਹਨਾਂ ਨਾਲ ਡਿਫਰੈਂਸਸ ਹੋਣ ਉਹਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰੋ ਇਹ ਕੋਈ ਚੰਗੀ ਨਾ ਛੋਟੇ ਲੈਵਲ ਤੇ ਨਾ ਵੱਡੇ ਲੈਵਲ ਤੇ ਕਿਤੇ ਵੀ ਪੋਸੀਬਲ ਨਹੀਂ ਹੋ ਹੋ ਸਕਦੀ ਜੀ ਹਣਾ ਜੀ ਹੁਣ ਠੀਕ ਹੈ ਟੈਰਰਿਸਟ ਹੋਵੇ ਕਿ ਵੀ ਆਰਗੂਮੈਂਟ ਦਿੱਤੇ ਆ ਕਿਸੇ ਦਾ ਟੈਰਰਿਸਟ ਕਿਸੇ ਦਾ ਫਰੀडम फाइਟਰ ਹੋ ਸਕਦਾ ਹਣਾ ਇਹ ਵੀ ਹਾਲਾਂਕਿ ਫਾਲਟੀ ਆਰਗੂਮੈਂਟ ਹੈ 테러ਿਸਟ ਇਜ਼ 테러ਰਿਸਟ ਬਾਇ ਫ੍ਰੀडम ਫਾਈਟਰ ਤਾਂ ਹੋ ਜੇ ਕਿਸੇ ਨਿਰਦੋਸ਼ ਨੂੰ ਇਨੋਸੈਂਟ ਨੂੰ ਬੱਚੇ ਨੂੰ ਜਨਾਨੀ ਨੂੰ ਕਤਲ ਕਰਦਾ ਮਾਰਦਾ ਉਹ ਫ੍ਰੀडम ਫਾਈਟਰ ਕਿਵੇਂ ਹੋ ਸਕਦਾ ਉਹ ਤੇ ਮੈਂਟਲੀ ਸਿਕ ਮੰਨਦਾ ਮੈਂਟਲੀ ਸਿਕ ਮੰਨਦੇ ਇਹ ਹੈਗੀ ਮੈਂਨਾਂ ਨੂੰ ਮੈਂਟਲੀ ਸਿਕ ਕੀ ਸਮਝਿਆ ਜਾਂਦਾ ਇਹਨਾਂ ਨੂੰ ਪਰਮਨੈਂਟ 테러ਰਿਸਟ ਸ਼ਾਬਦ ਵਰਤ ਲੋ ਭਾਵੇਂ ਕੋਈ ਹੋਰ ਵਰਤ ਲੋ ਪ੍ਰੋਬਲਮ ਤੇ ਹੈ ਕਿ ਜਦੋਂ ਤੁਸੀਂ ਇਨੋਸੈਂਟ ਲੋਕਾਂ ਨੂੰ ਮਾਰਦੇ ਹੋ ਕਿਸੇ ਵੀ ਗ੍ਰੈਂਡ ਕੌਜ਼ ਦੇ ਨਾਂ ਦੇ ਉੱਤੇ ਹਾਂ ਹਾਂ ਤੇ ਉਹ ਤੋਂ ਬਿਮਾਰੀ ਆ ਉਹ ਹਾਂ ਤੇ ਤੁਸੀਂ ਕਹੋ ਕਿ ਇਹ ਇੰਟਰਨੈਸ਼ਨਲ ਆਰਡਰ ਆ ਰੂਲ ਬੇਸ ਆਰਡਰ ਆ ਮਤਲਬ ਵੇਅਰ ਆਰ ਦੀ ਰੂਲਸ ਦੈਨ ਜੇ ਤੁਸੀਂ ਕਹਿ ਰਹੇ ਹੋ ਕਿ ਇਹ ਰੂਲਸ ਬੇਸਡ ਆਰਡਰ ਆ ਪਰ ਉਹ ਕੰਟਰੀ ਲਈ ਪੋਸੀਬਲ ਹੈ ਤੇ ਪੀਪਲ ਲਈ ਪੋਸੀਬਲ ਨਹੀਂ ਹੈਗਾ ਤਾਂ ਦੈਨ ਵਾਟ ਇਜ਼ ਕੰਟਰੀ ਕੰਟਰੀਜ਼ ਪੀਪਲ ਬਿਲਕੁਲ ਨਾ ਤੇ ਜੇ ਉਹ ਵੀ ਪੀਪਲ ਹੈਗੇ ਨੇ ਤੇ ਉਹਨਾਂ ਦੇ ਵੀ ਤੁਸੀਂ ਪਿਛਲੇ 20 ਸਾਲਾਂ ਤੋਂ ਤੁਸੀਂ ਉਹਨਾਂ ਨੂੰ ਇਦਾਂ ਘੁੱਟ ਕੇ ਰੱਖਿਆ ਬਿਜਲੀ ਦੌਗ ਦੇ ਰੁਕਾਂ ਲੈਣਗੇ ਰੋਟੀ ਦੌਗ ਦੇ ਖਾਣਗੇ ਵਿਚਾਰੇ ਤੇ ਵਾਟ 杜 ਯੂ ਐਕਸਪੈਕਟ ਬਿਲਕੁਲ ਨਾ ਪਰ ਕਮਾਲ ਦੀ ਗੱਲ ਹੈ ਜਿਹਨਾਂ ਨਾਲ ਆਪ ਪਰਸਕਿਊਸ਼ਨ ਇਹਨਾਂ ਜਿਹੜੇ ਕਹਿੰਦੇ ਨੇ ਕਿ ਸਾਡੇ ਨਾਲ ਇਹਨਾਂ ਤੱਕਾ ਹੋਇਆ ਉਹ ਅੱਗੇ ਦੂਜਿਆਂ ਨਾਲ ਕਰੀ ਜਾ ਰਿਹਾ ਹਾਂਜੀ ਇੱਥੋਂ ਬੰਦੇ ਦੀ ਜਿਹੜੀ ਬੰਦੇ ਦੀ ਇੱਕ ਜਿਹੜੀ ਨਾ ਅਹ انسان ਦੀ insani zindagi ਦਾ ਜਿਹੜਾ ਇੱਕ tragedy ਆ ਉਹ ਨਜ਼ਰ ਆਉਂਦੀ ਹੈ ਵੀ ਜਿਹਨਾਂ ਨਾਲ ਆਪ ਹੋਇਆ ਹੋਇਆ ਯਾ ਅਗੇ ਦੂਜਿਆਂ ਨਾਲ ਕਰੀ ਜਾ ਰਹੇ ਬਜਾਏ ਇਸ ਗੱਲ ਦੇ ਸਿੱਖਣ ਦੇ ਕਿ ਜੋ ਸਾਡੇ ਨਾਲ ਹੋਇਆ ਕਿਸੇ ਹੋਰ ਨਾਲ ਨਾ ਹੋਏ ਹਾਂਜੀ ਹਾਂਜੀ ਬਿਲਕੁਲ ਹੁਣ ਦੇਖੋ ਕਿ ਹੁਣ ਜੇ ਦੇਖੋ ਕੋਈ ਵਿਕਟਮ ਆਪਪ੍ਰੈਸਰ ਤਾਂ ਨਹੀਂ ਹੁੰਦਾ ਪਰ ਇਥੇ ਵਿੱਚ ਵਿਕਟਮ ਜਿਹੜਾ ਉਹ ਪ੍ਰੈਸ ਕਰ ਰਿਹਾ ਐਂਡ ਸਟਿਲ ਕਲੇਮਿੰਗ ਦੇ ਆਰ ਵਿਕਟਮਸ ਸੋ ਬਹੁਤ ਬਹੁਤ ਸ਼ੁਕਰੀਆ ਜੀ ਦਿਲਬਾਗ ਜੀ ਥੈਂਕ ਯੂ ਸੋ ਮਾਚੀ ਫਰ ਐਂਡ ਬਹੁਤ ਲੰਬਾ ਪਰ ਆਪਾਂ ਥੋੜਾ ਥੋੜਾ ਟੱਚ ਕਰਨ ਦੀ ਕੋਸ਼ਿਸ਼ ਕੀਤੀ ਹੈ ਥੈਂਕ ਯੂ ਧੰਨਵਾਦ ਬਹੁਤ ਥੈਂਕ ਯੂ